ਸਾਹਿਬ ਕਹਿੰਦੇ ਨੇ ਕਿ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ। ਇੱਕ ਰਹੱਸ ਦਿੱਤਾ ਹੈ, ਇਸ਼ਾਰਾ ਕੀਤਾ ਹੈ ਕਿ ਇਹ ਸਮਝਣ ਵਾਲੀ ਗੱਲ ਹੈ ਉਹ ਪੁਰਖ ਪਰਮਾਤਮਾ ਕੀ ਹੈ, ਕਿਹੋ ਜਿਹਾ ਹੈ, ਇਹਦੇ ਬਾਰੇ ਦੇ ਵਿੱਚ ਕਈ ਤਰ੍ਹਾਂ ਦੀਆਂ ਭਰਮ ਭਰਾਂਤੀਆਂ ਨੇ, ਅਨੇਕਾਂ ਮਤਾਂ ਦੇ ਵਿੱਚ ਵੱਖ ਵੱਖ ਸਰੂਪ ਰੂਪ ਜਿਹੜੇ ਨੇ ਪਰਮਾਤਮਾ ਦੇ ਬਿਆਨ ਕੀਤੇ ਗਏ ਹਨ। ਕਈਆਂ ਨੇ ਉਹਦਾ ਜਨਮ ਵੀ ਲਿਖਿਆ ਹੈ, ਪਰ ਗੁਰਮਤਿ ਦਾ ਸਿਧਾਂਤ ਇਹਨਾਂ ਸਾਰਿਆਂ ਮਤਾਂ ਦੇ ਨਾਲੋਂ ਨਿਰਾਲਾ ਹੈ। ਜਿਵੇਂ ਇਸਲਾਮ ਹੈ, ਉਹਦੇ ਮਤ ਦੀ ਵਿਚਾਰ ਕਰੀਏ ਤਾਂ ਉਹ ਇੱਕ ਅੱਲਾ ਨੂੰ, ਇੱਕ ਖੁਦਾ ਨੂੰ ਤਾਂ ਮੰਨਦਾ ਹੈ, ਇੱਕ ਨੂੰ ਤਾਂ ਮੰਨਦਾ ਹੈ, ਪਰ ਕਿਸੇ ਖਾਸ ਥਾਂ 'ਤੇ, ਸੱਤਵੇਂ ਅਸਮਾਨ ਦੇ ਉੱਪਰ ਕਿਸੇ ਖਾਸ ਜਗ੍ਹਾ ਦੇ ਉੱਪਰ ਮੰਨਦਾ ਹੈ, ਕਿਸੇ ਖਾਸ ਥਾਂ ਨੂੰ ਉਹ ਲੈ ਕੇ ਚੱਲਦਾ ਹੈ ਪੱਛਮ ਵੱਲ ਨੂੰ ਕਿ ਪੱਛਮ ਦੇ ਵਿੱਚ ਅੱਲਾ ਦਾ ਵਾਸ ਹੈ, ਖੁਦਾ ਦਾ ਵਾਸ ਹੈ। ਕੋਈ ਦੂਸਰਾ ਮਤ ਜਿਹੜਾ ਹੈ ਉਹ ਦੱਖਣ ਦੇ ਵਿੱਚ ਹਰੀ ਮੰਨ ਕੇ ਉਸਨੂੰ ਅਤੇ ਉਸਨੂੰ ਦੱਖਣ ਦੇ ਵਿੱਚ ਵੱਸਦਾ ਹੋਇਆ ਦੱਸਦਾ ਹੈ। ਕਿਸੇ ਨੇ ਉਹਦਾ ਕੋਈ ਰੂਪ ਬਿਆਨ ਕੀਤਾ ਹੈ, ਕਿਸੇ ਨੇ ਕੋਈ ਰੂਪ ਬਿਆਨ ਕੀਤਾ ਹੈ। ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪੌੜੀ ਦੇ ਅੰਦਰ, ਅੱਜ ਦੇ ਮੁੱਖ ਵਾਕ ਦੇ ਅੰਦਰ ਸਮਝਾਇਆ ਹੈ ਕਿ ਇਹ ਤਾਂ ਜਿਹਨੂੰ ਪਰਮਾਤਮਾ ਸੋਝੀ ਬਖਸ਼ਿਸ਼ ਕਰਦਾ ਹੈ ਉਹਨੂੰ ਹੀ ਪ੍ਰਾਪਤ ਹੁੰਦੀ ਹੈ ਇਹਦੀ ਸੋਝੀ। ਜਿਸ ਆਪ ਬੁਝਾਏ ਆਪ, ਬੁਝਾਏ ਦਾ ਮਤਲਬ ਹੈ ਸਮਝਾਉਣਾ, ਸੋਝੀ ਬਖਸ਼ਿਸ਼ ਕਰਨੀ, ਉਹ ਹੀ ਉਹਦੇ ਮਾਰਗ ਦੇ ਉੱਪਰ ਚੱਲਦਾ ਹੈ। ਬੜਾ ਵੱਖਰਾ ਹੈ, ਹੈ ਉਹ ਅਨੇਕਾਂ ਰੂਪਾਂ ਅਨੇਕਾਂ ਰੰਗਾਂ ਵਾਲਾ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਜਿਹੜਾ ਨਿਰਗੁਣ ਹੈ ਉਹੀ ਸਰਗੁਣ ਹੈ। ਪਰ ਸਰਗੁਣ ਕੋਈ ਇੱਕ ਮੂਰਤ, ਇੱਕ ਤਸਵੀਰ, ਕੋਈ ਇੱਕ ਵਿਅਕਤੀ ਨਹੀਂ ਹੈ। ਜਦੋਂ ਸਰਗੁਣ ਦੀ ਗੱਲ ਆਉਂਦੀ ਹੈ ਤੇ ਉਦੋਂ ਫਿਰ ਸਾਡੇ ਵਿੱਚ ਇਹ ਕਈ ਤਰ੍ਹਾਂ ਦੇ ਜਿਹੜੇ ਨੇ ਭਰਮ ਭੁਲੇਖੇ, ਕੁਛ ਗੁਰਮਤਿ ਦੇ ਸਿਧਾਂਤ ਤੋਂ ਅਣਜਾਣ ਜਿਹੜੇ ਵਿਅਕਤੀ ਹਨ ਉਹਨਾਂ ਵੱਲੋਂ ਪਾਏ ਜਾਂਦੇ ਨੇ। ਇਸ ਗੱਲ ਨੂੰ ਬੇਹੱਦ ਸਮਝਣਾ ਜ਼ਰੂਰੀ ਹੈ, ਜਿਹਨੇ ਗੁਰਮਤਿ ਨੂੰ ਸਮਝਣਾ ਹੈ, ਜਿਹਨੇ ਗੁਰਸਿੱਖੀ ਮਾਰਗ ਦੇ ਉੱਪਰ ਗੁਰੂ ਦੇ ਦੱਸੇ ਹੋਏ, ਗੁਰਸਿੱਖੀ ਮਾਰਗ ਗੁਰੂ ਦਾ ਮਾਰਗ ਹੈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ, ਉੱਤਮ ਪੰਥ ਹੈ। ਇਸ ਮਾਰਗ ਦੇ ਉੱਪਰ ਉਹਨੇ ਚੱਲਣਾ ਹੈ ਜਿਹਨੂੰ ਇਸ ਮਾਰਗ ਦੀ ਸਮਝ ਹੈ, ਜਿਸ ਇਸ ਮਾਰਗ ਦੀ ਸੋਝੀ ਹੈ। ਇਸ ਵਾਸਤੇ ਗੁਰਸਿੱਖ ਦੇ ਮਨ ਦੇ ਵਿੱਚੋਂ ਇਹ ਭਰਮ ਭੁਲੇਖਾ ਨਿਕਲਣਾ ਬੇਹੱਦ ਜ਼ਰੂਰੀ ਹੈ। ਜਿਸ ਨਿਰੰਕਾਰ ਦੀ ਪੂਜਾ, ਜਿਸ ਨਿਰੰਕਾਰ ਦਾ ਸਿਮਰਨ ਸੇਵਾ ਕਰਨੀ ਹੈ, ਉਹਦੇ ਬਾਰੇ ਗਿਆਨ ਹੋਣਾ ਜਿਹੜਾ ਹੈ ਉਹ ਜ਼ਰੂਰੀ ਹੈ। ਅਗਿਆਨਤਾ ਦੇ ਵੱਸ ਹੀ ਕੋਈ ਕ੍ਰਿਸ਼ਨ ਨੂੰ ਰੱਬ ਮੰਨੀ ਜਾਂਦਾ ਹੈ, ਕੋਈ ਰਾਮ ਜੀ ਨੂੰ, ਦਸ਼ਰਥ ਜੀ ਦੇ ਸਪੁੱਤਰ ਨੂੰ ਰਾਮ ਪਰਮਾਤਮਾ ਮੰਨੀ ਜਾਂਦਾ ਹੈ, ਕੋਈ ਕਿਸੇ ਨੂੰ ਮੰਨੀ ਜਾਂਦਾ ਹੈ। ਅਤੇ ਸਾਡੇ ਕੁਛ ਲੋਕਾਂ ਨੇ ਤਾਂ ਹੱਦ ਹੀ ਮੁਕਾ ਦਿੱਤੀ ਹੈ। ਅੱਜ ਕੱਲ੍ਹ ਕੀ ਚੱਲ ਪਿਆ ਹੈ, ਜਿਨ੍ਹਾਂ ਲੋਕਾਂ ਨੂੰ ਗੁਰਮਤਿ ਦੇ ਸਿਧਾਂਤਾਂ ਦਾ ਊੜੇ ਐੜੇ ਦਾ ਵੀ ਨਹੀਂ ਪਤਾ, ਉਹ ਵੀ ਇਹ ਗੱਲਾਂ ਜਿਹੜੀਆਂ ਨੇ ਸਿੱਖ ਕੌਮ ਨੂੰ ਸਮਝਾਉਣ 'ਤੇ ਲੱਗੇ ਨੇ, ਜਿਹੜੇ ਆਪ ਸਿੱਖੀ ਦੇ ਮਾਰਗ 'ਤੇ ਨਹੀਂ ਚੱਲੇ। ਜਿਨ੍ਹਾਂ ਨੂੰ ਆਪ ਸਿੱਖੀ ਦੇ ਮਾਰਗ ਦੀ ਸੋਝੀ ਨਹੀਂ ਹੈ ਉਹ ਸਿੱਖੀ ਸਮਝਾਉਂਦੇ ਨੇ, ਕਮਾਲ ਹੋ ਗਈ। ਜਿਹਨੂੰ ਆਪ ਗੁਰਬਾਣੀ ਦੇ ਸਿਧਾਂਤ ਦਾ ਨਹੀਂ ਪਤਾ, ਗੁਰਸ਼ਬਦ ਦੀ ਸਿਧਾਂਤ ਦਾ ਨਹੀਂ ਪਤਾ, ਓਅੰਕਾਰ ਦਾ ਨਹੀਂ ਪਤਾ, ਅਜੂਨੀ ਦਾ ਨਹੀਂ ਪਤਾ, ਅਜੂਨੀ ਕਿਹਨੂੰ ਕਹਿੰਦੇ ਨੇ, ਉਹ ਸਾਨੂੰ ਸਮਝਾਉਂਦਾ ਹੈ ਵੀ ਆਹ ਸਿੱਖੀ ਹੁੰਦੀ ਹੈ। ਹੁਣ ਅੱਜ ਕੱਲ੍ਹ ਉਹਨਾਂ ਲੋਕਾਂ ਨੇ ਕੀ ਕੀਤਾ ਹੈ, ਕੁਝ ਏਜੰਸੀਆਂ ਅਤੇ ਕੁਝ ਖਾਸ ਤਰ੍ਹਾਂ ਦੇ ਜਿਹੜੇ ਨੇ ਉਹ ਫਿੱਟ ਕੀਤੇ ਹੋਏ ਨੇ ਗੁਰੂ ਘਰ ਦੇ ਵਿਰੋਧੀਆਂ ਦੇ ਵੱਲੋਂ, ਉਹਨਾਂ ਨੂੰ ਸਿੱਖ ਕੌਮ ਨੂੰ ਜਿਹੜਾ ਹੈ ਉਹ ਕੋਈ ਹੋਰ ਕੌਮ ਸਾਬਤ ਕਰਨ ਲਈ, ਪਰ ਇਹ ਹੋ ਨਹੀਂ ਸਕਦਾ। ਇਹ ਸਾਫ ਸ਼ਬਦਾਂ ਦੇ ਵਿੱਚ ਕਹੀਏ,
ਕਿ ਕੋਈ ਆਖੇ ਕਿ ਸਿੱਖ ਨੂੰ ਹਿੰਦੂ ਸਾਬਤ ਕੀਤਾ ਜਾਵੇ, ਕਿੱਦਾਂ ਕੀਤਾ ਜਾਵੇ। ਸਿੱਖ ਦੀ ਕਿਸੇ ਹਿੰਦੂ ਦੇ ਨਾਲ ਨਫ਼ਰਤ ਨਹੀਂ ਹੈ, ਕਿਸੇ ਮੁਸਲਮਾਨ ਦੇ ਨਾਲ ਨਫ਼ਰਤ ਨਹੀਂ ਹੈ, ਕਿਸੇ ਜੈਨੀ ਨਾਲ ਨਹੀਂ, ਕਿਸੇ ਬੋਧੀ ਨਾਲ ਨਹੀਂ। ਗੁਰੂ ਦਾ ਸਿੱਖ ਤਾਂ ਉਹ ਹੈ ਜਿਹੜਾ ਇਸ ਗੱਲ ਨੂੰ ਸਮਝਦਾ ਹੈ। ਹੁਣ ਦੇਖੋ ਪਰਮਾਤਮਾ ਦੇ ਬਾਰੇ ਦੇ ਵਿੱਚ ਇਹ ਸੋਝੀ ਕਿਵੇਂ ਬਖਸ਼ਿਸ਼ ਕੀਤੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੱਕੇ ਦੀ ਧਰਤੀ 'ਤੇ ਵੀ ਜਾਂਦੇ ਨੇ, ਗੁਰੂ ਨਾਨਕ ਸਾਹਿਬ ਜਗਨਨਾਥਪੁਰੀ ਦੱਖਣ ਦੇਸ਼ ਹਰੀ ਕਾ ਵਾਸਾ ਜਿਹਨੂੰ ਇਹ ਕਿਹਾ ਜਾਂਦਾ ਉੱਥੇ ਵੀ ਜਾਂਦੇ ਨੇ, ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਦਸ਼ਾਂ ਦਿਸ਼ਾਵਾਂ ਦੇ ਵਿੱਚ ਜਾਂਦੇ ਨੇ। ਬਾਕੀ ਗੁਰੂ ਸਾਹਿਬਾਨ ਉਸ ਫਿਲੋਸਫੀ ਉਸ ਸਿਧਾਂਤ ਨੂੰ ਪ੍ਰਚਾਰਦੇ ਨੇ, ਉੱਥੇ ਜਾ ਕੇ ਵੀ ਉਹ ਗੱਲ ਇਹ ਕਹਿੰਦੇ ਨੇ, ਸਭ ਮੈਂ ਜੋਤ, ਜੋਤ ਹੈ ਸੋਏ ਕਿਸ ਦੇ ਚਾਨਣ, ਸਭ ਮੈਂ ਚਾਨਣ ਹੋਏ, ਸਭ ਮੈਂ ਜੋਤ। ਜੇ ਤੁਸੀਂ ਰੱਬ ਨੂੰ ਮੰਨਦੇ ਹੋ, ਵਾਹਿਗੁਰੂ ਨੂੰ, ਹਰੀ ਨੂੰ ਮੰਨਦੇ ਹੋ, ਤਾਂ ਉਹ ਕਿਸੇ ਇੱਕ ਥਾਂ 'ਤੇ ਨਹੀਂ ਹੈ, ਕੋਈ ਇੱਕ ਜਗ੍ਹਾ ਨਹੀਂ ਹੈ, ਸਭ ਮੈਂ ਜੋਤ, ਸਾਰਿਆਂ ਦੇ ਵਿੱਚ ਉਹਦੀ ਜੋਤ ਹੈ। ਤੁਸੀਂ ਇਹ ਮਤ ਕਹੋ ਕਿ ਕਿਸੇ ਇੱਕ ਖਾਸ ਵਰਣ ਜਿਹੜਾ ਹੈ ਉਹ ਉਹਦਾ ਮੂੰਹ ਹੈ, ਬਾਕੀ ਉਹਦੇ ਪੈਰ ਨੇ ਅਤੇ ਲੱਤਾਂ ਨੇ ਅਤੇ ਨਖਿੱਧ ਨੇ ਅਤੇ ਅਛੂਤ ਨੇ ਅਤੇ ਸ਼ੂਦਰ ਨੇ, ਨੀਚ ਨੇ। ਜੇ ਤੁਸੀਂ ਉਸ ਹਰੀ ਨੂੰ ਮੰਨਦੇ ਹੋ ਜ਼ਰੇ ਜ਼ਰੇ ਦੇ ਵਿੱਚ, ਤਾਂ ਫਿਰ ਇਹ ਭੇਦ ਭਾਵ ਮੁੱਕਣੇ ਚਾਹੀਦੇ ਨੇ, ਇਹ ਜਾਤ ਪਾਤ ਖਤਮ ਹੋਣੀ ਚਾਹੀਦੀ ਹੈ। ਸਭ ਮੈਂ ਜੋਤ ਦਾ ਸਿਧਾਂਤ ਹੈ, ਰੱਬੀ ਸਿਧਾਂਤ ਜਿਹੜਾ ਹੈ, ਵਾਹਿਗੁਰੂ ਦਾ ਸਿਧਾਂਤ ਜਿਹੜਾ ਹੈ, ਨਿਰੰਕਾਰ, ਨਿਰੰਕਾਰ ਨਿਰੰਜਨ ਹਰ ਅਗੰਮ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਉਹ ਨਿਰਾਕਾਰ ਹੈ, ਨਿਰੰਜਨ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਨਿਰੰਜਨ ਦਾ ਮਤਲਬ ਹੈ, ਇਹਨੂੰ ਸੰਧੀ ਛੇਦ ਕਰੀਏ ਤਾਂ ਇਹਦੇ ਅਰਥ ਬਣਦੇ ਨੇ, ਅੰਜਨ ਕਹਿੰਦੇ ਨੇ ਸੁਰਮੇ ਨੂੰ, ਸੁਰਮੇ ਤੋਂ ਭਾਵ ਕਾਲਖ ਅਤੇ ਕਾਲਖ ਤੋਂ ਭਾਵ ਮਾਇਆ। ਹੁਣ ਇਹਦੇ ਅੱਗੇ ਲੱਗ ਗਿਆ ਅਗੇਤਰ ਐੜਾ, ਇਹਦੇ ਵਿਪਰੀਤ ਅਰਥ ਹੋ ਗਏ। ਨਿਰਅੰਜਨ ਦਾ ਮਤਲਬ ਹੈ ਜਿਸ ਨੂੰ ਕਾਲਖ ਨਾ ਹੋਵੇ, ਜੋ ਕਾਲਖ ਤੋਂ ਰਹਿਤ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਹੁਣ ਦੱਸੋ ਉਹਨਾਂ ਕਹਾਣੀਆਂ ਨੂੰ, ਉਹਨਾਂ ਕਥਾਵਾਂ ਨੂੰ ਪੜ੍ਹ ਕੇ ਜਿਨ੍ਹਾਂ ਦੇ ਵੇਖ ਕਰਕੇ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਰੱਬ ਮੰਨਦੇ ਹਾਂ ਜਾਂ ਉਹਨਾਂ ਨੂੰ ਰੱਬ ਬਣਾ ਕਰਕੇ ਪੂਜਿਆ ਗਿਆ ਹੈ, ਦੱਸਿਆ ਗਿਆ ਹੈ, ਉਹਨਾਂ ਦੀਆਂ ਅਨੇਕ ਕਥਾਵਾਂ ਨੇ ਜਿਹੜੀਆਂ ਮਾਇਆ ਦੇ ਨਾਲ ਉਹਨਾਂ ਨੂੰ ਦੱਸਦੀਆਂ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ ਕਿ ਬੰਮਾ ਬਿਸ਼ਨ ਮਹਾਂਦਿਓ ਤ੍ਰੈਗੁਣ ਵਿੱਚ ਹਉਮੈਕਾਰ ਕਮਾਈ। ਕਾਲਖ ਹੈ ਨਾ, ਮਾਇਆ ਹੈ, ਇਸ ਕਰਕੇ ਇਹਨੂੰ ਬੜੀ ਬਰੀਕੀ ਦੇ ਨਾਲ ਸਮਝਣਾ ਪਵੇਗਾ ਕਿ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਗੁਰਮਤਿ ਜਿਹੜੀ ਹੈ ਸਾਨੂੰ ਕਿਸ ਪਾਸੇ ਲਾਉਂਦੀ ਹੈ। ਅਤੇ ਉਹ ਲੋਕ ਜਿਹੜੇ ਸਨ, ਜਿਹੜੇ ਖੁਦਾ ਨੂੰ ਕਹਿੰਦੇ ਸਨ ਸੱਤਵੇਂ ਅਸਮਾਨ ਦੇ ਵਿੱਚ ਅਤੇ ਪੱਛਮ ਦੀ ਥਾਂ ਦੇ ਉੱਪਰ ਵੱਸਦਾ ਹੈ, ਸਤਿਗੁਰਾਂ ਨੇ ਉੱਥੇ ਜਾ ਕਰਕੇ ਵੀ ਇਹ ਗੱਲ ਸਮਝਾਈ ਕਿ ਉਹ ਤਾਂ ਹਰੇਕ ਹਿਰਦੇ ਦੇ ਵਿੱਚ ਵੱਸਣ ਵਾਲਾ ਹੈ। ਜੇ ਉਹਦੀ ਇੱਕ ਆਹ ਦਿਸ਼ਾ ਹੈ ਤਾਂ ਬਾਕੀ ਦਿਸ਼ਾਵਾਂ ਕਿਸ ਦੀਆਂ ਨੇ? ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮੁਕਾਮਾ, ਦਿਲ ਹੀ ਖੋਜ ਦਿਲੇ ਦਿਲ ਭੀਤਰ ਇਹੀ ਠੌਰ ਮੁਕਾਮਾ। ਉਹਦਾ ਠੌਰ, ਉਹਦਾ ਮੁਕਾਮ ਤਾਂ ਮਨੁੱਖ ਦਾ ਹਿਰਦਾ ਹੈ, ਦਿਲ ਹੈ। ਜੇ ਉਹਨੂੰ ਖੋਜਣਾ ਹੈ, ਜੇ ਉਹਨੂੰ ਲੱਭਣਾ ਹੈ ਤਾਂ ਉੱਥੇ ਲੱਭੋ ਆਪਣੇ ਹਿਰਦੇ ਨੂੰ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਫਿਰ ਨਹੀਂ ਕੋਈ ਪਰੇਸ਼ਾਨੀ ਰਹੇਗੀ, ਫਿਰ ਕੋਈ ਟੈਨਸ਼ਨ ਨਹੀਂ ਰਹੇਗੀ, ਚਿੰਤਾ ਨਹੀਂ ਰਹੇਗੀ। ਜੇ ਤੁਸੀਂ ਆਪਣੇ ਅੰਤਰ ਆਤਮੇ ਨੂੰ ਖੋਜੋਗੇ, ਆਪਣੇ ਹਿਰਦੇ ਨੂੰ ਖੋਜੋਗੇ, ਦਿਲ ਹੀ ਖੋਜ ਦਿਲੇ ਦਿਲ ਭੀਤਰ, ਸਗਲ ਬਨਾਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਜਿਵੇਂ ਸਾਰੀ ਬਨਾਸਪਤੀ ਦੇ ਵਿੱਚ ਇਹ ਦ੍ਰਿਸ਼ਟਾਂਤ ਦਿੱਤਾ ਗਿਆ ਹੈ, ਜਿਵੇਂ ਸਾਰੀ ਬਨਾਸਪਤੀ ਦੇ ਵਿੱਚ ਅੱਗ ਹੈ, ਬੈਸੰਤਰ ਕਹਿੰਦੇ ਨੇ ਅੱਗ ਨੂੰ, ਇਹ ਦ੍ਰਿਸ਼ਟਾਂਤ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਜਿਵੇਂ ਸਾਰੀ ਬਨਾਸਪਤੀ ਦੇ ਵਿੱਚ ਅਗਨੀ ਹੈ,
ਕੋਈ ਵੀ ਇਹ ਹੁਣ ਲੱਕੜ ਦੇ ਦਰਵਾਜ਼ੇ ਵੀ ਨੇ, ਲੱਕੜ ਦੀਆਂ ਬਾਰੀਆਂ ਵੀ ਨੇ, ਲੱਕੜ ਦੇ ਅਨੇਕਾਂ ਚੀਜ਼ਾਂ ਨੇ, ਵਸਤੂਆਂ ਨੇ, ਘਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ, ਬਾਹਰ ਵਰਤੀਆਂ ਜਾਣ ਵਾਲੀਆਂ, ਸਮਾਜ ਦੇ ਵਿੱਚ। ਪਰ ਪਾਤਸ਼ਾਹ ਕਹਿੰਦੇ ਨੇ ਅੱਗ ਹੈ ਲੱਕੜ ਦੇ ਵਿੱਚ। ਔਰ ਇਹ ਹਰ ਗੱਲ, ਇਹ ਹਰੇਕ ਵਿਅਕਤੀ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਲੱਕੜੀ ਦੇ ਵਿੱਚ ਅੱਗ ਹੈ। ਅਤੇ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਲੱਕੜੀ ਦੇ ਵਿੱਚ ਅੱਗ ਹੈ ਨਾ, ਇਵੇਂ ਨਿਰੰਕਾਰ ਪਰਮਾਤਮਾ ਸਾਰਿਆਂ ਦੇ ਵਿੱਚ ਵੱਸਦਾ ਹੈ। ਸਗਲ ਬਨਾਸਪਤ ਮੈਂ ਬੈਸੰਤਰ, ਪਰ ਨਜ਼ਰ ਨਹੀਂ ਆਉਂਦੀ, ਦਿਸਦੀ ਨਹੀਂ ਹੈ ਅਗਨੀ। ਜਦੋਂ ਬਾਹਰੋਂ ਅੱਗ ਲਗਾਈ ਜਾਂਦੀ ਹੈ ਤਾਂ ਹੀ ਲੱਕੜੀ ਜਲਦੀ ਹੈ, ਉਹਦੇ ਅੰਦਰ ਜਿਹੜੀ ਅੱਗ ਹੈ ਉਹ ਪ੍ਰਗਟ ਹੁੰਦੀ ਹੈ। ਸਗਲ ਦੁੱਧ ਮੈਂ ਕੀਆ, ਸਾਰੇ ਦੁੱਧ ਜਿਤਨੇ ਵੀ ਹਨ, ਚਾਹੇ ਗਾਂ ਦਾ ਹੈ, ਚਾਹੇ ਮੱਝ ਦਾ ਹੈ, ਚਾਹੇ ਕਿਸੇ ਪਸ਼ੂ ਦਾ ਹੈ, ਹਰੇਕ ਦੁੱਧ ਦੇ ਵਿੱਚ ਘਿਓ ਹੈ। ਸਗਲ ਦੁੱਧ ਮੈਂ ਕੀਆ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਊਚ ਨੀਚ ਮੈਂ ਜੋਤ ਸਮਾਣੀ, ਉਹ ਭਲੇ ਉਹ ਜਿਨ੍ਹਾਂ ਨੂੰ ਤੁਸੀਂ ਉੱਚੇ ਸਮਝਦੇ ਹੋ, ਜਿਨ੍ਹਾਂ ਨੂੰ ਤੁਸੀਂ ਸਰੀਰ ਕਰਕੇ, ਜਾਤ ਕਰਕੇ ਨੀਵੇਂ ਸਮਝਦੇ ਹੋ, ਉਹਨਾਂ ਸਾਰਿਆਂ ਵਿੱਚ ਹੀ ਉਹ ਵੱਸਦਾ ਹੈ। ਜਿਵੇਂ ਦੁੱਧ ਵਿੱਚ ਘਿਓ ਹੈ, ਜਿਵੇਂ ਕਾਸ਼ਟ ਵਿੱਚ ਬਸੰਤਰ ਹੈ, ਜਿਵੇਂ ਲੱਕੜੀ ਵਿੱਚ ਅੱਗ ਹੈ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਹੈ, ਹਰੇਕ ਘੱਟ ਦੇ ਵਿੱਚ ਹੈ, ਹਰ ਇੱਕ ਸਰੀਰ ਦੇ ਵਿੱਚ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹੇ ਉਹ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪਤਪਾਲ, ਵਣ ਤਿਣ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਇਸ 'ਤੇ ਭਿੰਨ ਨਹੀਂ ਕੋਠਾਉ। ਕੋਈ ਥਾਂ ਹੈ ਹੀ ਨਹੀਂ ਉਸ ਤੋਂ ਅਲੱਗ, ਵੀ ਕਹੀਏ ਕਿ ਉਹ ਤੋਂ ਭਿੰਨ ਹੈ, ਕੋਈ ਅਲੱਗ ਜਗ੍ਹਾ ਹੈ ਜਿੱਥੇ ਉਹ ਨਹੀਂ ਹੈ, ਸਭਨਾਂ ਵਿੱਚ ਉਹ ਮੌਜੂਦ ਹੈ। ਨਿਰੰਕਾਰ ਨਿਰੰਜਨ ਹਰ ਅਗਮ, ਉਹ ਨਿਰਾਕਾਰ ਹੈ, ਸਰੀਰਾਂ ਤੋਂ ਰਹਿਤ ਹੈ, ਸਰੀਰਾਂ ਦੇ ਵਿੱਚ ਵੀ ਹੈ। ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੈ, ਹਰ ਅਗਮ, ਅਗਮ ਦਾ ਮਤਲਬ ਹੈ ਅਪਹੁੰਚ, ਜਿਹਦੇ ਤੱਕ ਪਹੁੰਚ ਨਾ ਹੋ ਸਕੇ। ਇੱਕ ਸ਼ਬਦ ਅਗੋਚਰ ਵਰਤਿਆ ਜਾਂਦਾ ਹੈ, ਅਗੋਚਰ ਦਾ ਮਤਲਬ ਹੈ ਅਗੋ ਪਲੱਸ ਚਾਰ, ਚਾਰ ਕਹਿੰਦੇ ਨੇ ਇੰਦਰੀਆਂ ਨੂੰ, ਇੰਦਰੀਆਂ ਦੀ ਪਹੁੰਚ ਤੋਂ ਪਰੇ। ਇੰਦਰੇ ਕੀ ਨੇ? ਅੱਖਾਂ, ਕੰਨ, ਨੱਕ, ਇਹ ਸਾਡੇ ਇੰਦਰੇ ਨੇ। ਜੇ ਕੋਈ ਕਵੇ ਅਸੀਂ ਇਹਨਾਂ ਇੰਦਰੀਆਂ ਦੇ ਨਾਲ ਉਹਦੇ ਤੱਕ ਨੇੜਤਾ ਪ੍ਰਾਪਤ ਕਰਾਂਗੇ, ਉਸਨੂੰ ਪਾ ਲਵਾਂਗੇ, ਅੱਖਾਂ ਨਾਲ ਪਾ ਲਵਾਂਗੇ, ਕੰਨਾਂ ਨਾਲ ਸੁਣ ਕੇ ਪਾ ਲਵਾਂਗੇ, ਜ਼ੁਬਾਨ ਨਾਲ ਬੋਲ ਕੇ, ਤਾਂ ਨਹੀਂ, ਅਗੰਮ ਅਗੋਚਰ ਹੈ ਉਹ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਕਹੋ ਜਨ ਕਿਉਂ ਧਿਆਈਏ, ਕਿਸ ਤਰ੍ਹਾਂ ਉਹਨੂੰ ਧਿਆਈਏ? ਇੱਕ ਰਹੱਸ ਗੁਰੂ ਰਾਮਦਾਸ ਪਾਤਸ਼ਾਹ ਜੀ ਸਾਡੇ 'ਤੇ ਛੱਡਦੇ ਨੇ। ਫਿਰ ਨਾਲ ਕਹਿੰਦੇ ਨੇ ਕਿ ਇਹ ਉਸੇ ਨੂੰ ਹੀ ਸੋਝੀ ਆਉਂਦੀ ਹੈ ਜਿਹਨੂੰ ਸੋਝੀ ਬਖਸ਼ ਦੇਵੇ, ਜਿਹਨੂੰ ਮਾਲਕ ਕਿਰਪਾ ਕਰ ਦੇਵੇ, ਸਮਝਾ ਦੇਵੇ। ਤਾਂ ਮੈਂ ਇਹ ਬੇਨਤੀ ਕਰ ਰਿਹਾ ਸੀ ਕਿ ਇਹਨਾਂ ਹੀ ਪੰਕਤੀਆਂ ਨੂੰ ਲੈ ਕਰਕੇ ਕੁਛ ਲੋਕਾਂ ਨੇ ਗੁਰਬਾਣੀ ਦੇ ਗਲਤ ਅਰਥ ਕਰਕੇ, ਜਦੋਂ ਗੁਰਬਾਣੀ ਦੇ ਸ਼ਬਦ ਚੱਲਦੇ ਨੇ ਜਿਹੜੇ ਕਿਰਤਮ ਨਾਮ ਨੇ ਪਰਮਾਤਮਾ ਦੇ, ਬਹੁਤ ਸਾਰੇ ਨਾਮ ਨੇ ਕਿਰਤਮ ਨਾਮ, ਕਿਰਤਮ ਨਾਮ ਕਥੇ ਤੇਰੀ ਜਿਹਬਾ, ਸਤਨਾਮ ਤੇਰਾ ਪਰਾ ਪੁਰਬਲਾ, ਗੁਰੂ ਸਾਹਿਬ ਜੀ ਨੇ ਉਹਨਾਂ ਨਾਵਾਂ ਦੇ ਜਿਹੜੇ ਨੇ ਉਹ ਨਾਮ ਗੁਰਬਾਣੀ ਦੇ ਵਿੱਚ ਲਿਖੇ ਨੇ। ਰਾਮ ਵੀ ਲਿਖਿਆ ਹੈ, ਪਾਰ ਬ੍ਰਹਮ ਵੀ ਲਿਖਿਆ ਹੈ, ਹਰੀ ਵੀ ਲਿਖਿਆ ਹੈ, ਅਨੇਕ ਨਾਮ ਨੇ, ਅੱਲਾ ਵੀ ਲਿਖਿਆ ਹੈ, ਖੁਦਾ ਵੀ ਲਿਖਿਆ ਹੈ, ਰਹੀਮ ਵੀ ਲਿਖਿਆ ਹੈ। ਪਰ ਕੁਛ ਲੋਕ ਜਾਣ ਬੁੱਝ ਕੇ ਸ਼ਰਾਰਤ ਵੱਸ, ਸ਼ਰਾਰਤ ਵੀ ਕਹਿ ਲਓ, ਅਤੇ ਇਸ ਨੂੰ ਜਾਣ ਬੁੱਝ ਕੇ ਵੀ ਉਹ ਜਿਹੜੇ ਨਾਮ ਨੇ ਉਹਨਾਂ ਨੂੰ ਪਾਰਟੀਕੁਲਰ ਇੱਕ ਸ਼ਖਸੀਅਤ ਦੇ ਨਾਲ ਜੋੜ ਕਰਕੇ ਉਹ ਦੱਸ ਰਹੇ ਨੇ, ਸਮਝਾ ਰਹੇ ਨੇ, ਕਹਿੰਦੇ ਜੀ ਨਹੀਂ ਆਹ ਹੈ। ਫਿਰ ਉਹਨਾਂ ਦੇ ਪਿੱਛੇ ਗੁਰਬਾਣੀ ਦੇ ਸ਼ਬਦ, ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵਟਸਐਪ ਦੇ ਉੱਪਰ ਖੋਲ੍ਹ ਕੇ ਦੇਖੋ, ਉਹ ਸ਼ਬਦ ਚੱਲ ਰਹੇ ਹੁੰਦੇ ਨੇ, ਤਸਵੀਰਾਂ ਜਿਹੜੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ ਫਿਲਮਾਂ ਦੀਆਂ, ਜਿੱਦਾਂ ਉਹ ਫਿਲਮਾਂ ਵਾਲੇ ਬਣਾਉਂਦੇ ਨੇ ਨਾ ਤਸਵੀਰਾਂ, ਮੂਰਤੀਆਂ, ਕਰੈਕਟਰ ਜਿਹੜੇ ਨੇ ਉਹ ਦਿਖਾ ਕਰਕੇ, ਰਾਮ ਜੀ ਦੇ, ਕ੍ਰਿਸ਼ਨ ਜੀ ਦੇ, ਅਤੇ ਪਿੱਛੇ ਗੁਰਬਾਣੀ ਦੇ ਸ਼ਬਦ ਜਿਹੜੇ ਨੇ ਉਹਨਾਂ ਦੇ ਨਾਲ ਚਲਾਏ ਜਾ ਰਹੇ ਨੇ। ਪਹਿਲਾਂ ਨਹੀਂ ਸੀ, ਇਹ ਹੁਣ ਚੱਲ ਪਿਆ ਹੈ।
ਸਿੱਖ ਕੌਮ ਨੂੰ ਸਿੱਖਾਂ ਦੇ ਵਿੱਚ ਦੁਬਿਧਾ ਪੈਦਾ ਕਰਨ ਵਾਸਤੇ। ਇਸ ਕਰਕੇ ਬਹੁਤ ਸਮਝਣ ਦੀ ਜ਼ਰੂਰਤ ਹੈ ਗੁਰਮਤ ਨੂੰ। ਔਰ ਮੈਂ ਸਮਝਦਾ ਹਾਂ ਕਿ ਇਹਨਾਂ ਸਮਿਆਂ ਦੇ ਉੱਪਰ ਸਾਨੂੰ ਇਹ ਵਿਚਾਰ ਆਪਣੇ ਮਨਾਂ ਦੇ ਵਿੱਚ ਜ਼ਰੂਰ ਕਰਨੀ ਚਾਹੀਦੀ ਹੈ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਇਹ ਜਿਹੜਾ ਸਿਧਾਂਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਰੱਬ ਦੀ, ਇੱਕ ਪਰਮੇਸ਼ਰ ਦੀ, ਇੱਕ ਓਂਕਾਰ ਦੀ ਪੂਜਾ ਦਾ ਸਿਧਾਂਤ ਦਿੱਤਾ ਹੈ, ਇਹਨੂੰ ਜ਼ਰੂਰ ਵਿਚਾਰਨਾ ਚਾਹੀਦਾ ਹੈ। ਔਰ ਅੱਜ ਦੇ ਇਸ ਹੁਕਮਨਾਮੇ ਦੇ ਵਿੱਚ ਗੁਰੂ ਰਾਮਦਾਸ ਜੀ ਨੇ ਉਹਦੇ ਵੱਲ ਇਸ਼ਾਰਾ ਕੀਤਾ ਹੈ। ਕਹਿੰਦੇ ਨੇ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ। ਇਹ ਜਿਹੜਾ ਰੱਬੀ ਸਿਮਰਨ ਵਾਲਾ ਰਾਹ ਹੈ, ਜਿਹੜਾ ਹਰੇਕ ਦੇ ਵਿੱਚ ਵੱਸਦਾ ਪਰਮਾਤਮਾ ਦੀ ਯਾਦ ਵਾਲਾ, ਜਿਹੜਾ ਮਨੁੱਖੀ ਏਕਤਾ ਦਾ ਵਾਲਾ ਜਿਹੜਾ ਹੈ, ਕਿਉਂਕਿ ਇੱਕ ਰੱਬ ਦੇ ਨਾਮ ਦੇ ਉੱਪਰ, ਇੱਕ ਨਿਰਾਕਾਰ, ਇੱਕ ਵਾਹਿਗੁਰੂ ਦੇ ਨਾਮ ਦੇ ਉੱਪਰ ਹੀ ਸਾਰਾ ਸਮਾਜ, ਸਾਰੇ ਮਨੁੱਖ ਜਿਹੜੇ ਨੇ ਉਹ ਇੱਕ ਹੋ ਸਕਦੇ ਨੇ। ਏਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਇਹ ਸੰਕਲਪ ਹੈ, ਸਾਰੀ ਸ੍ਰਿਸ਼ਟੀ ਸਾਰੀ ਇੱਕ ਮਨੁੱਖਤਾ ਦੇ ਰੂਪ ਦੇ ਵਿੱਚ ਸਤਿਗੁਰੂ ਨੇ ਸਾਡੇ ਸਾਹਮਣੇ ਰੱਖੀ ਅਤੇ ਉਹਨਾਂ ਸਾਰਿਆਂ ਦੇ ਵਿੱਚ ਇੱਕ ਰੱਬੀ ਨੂਰ ਨੂੰ ਜਿਹੜਾ ਹੈ ਉਹ ਦਰਸਾਇਆ ਗਿਆ ਹੈ। ਅਤੇ ਮਹਾਰਾਜ ਕਹਿੰਦੇ ਨੇ ਜਿਹਨੂੰ ਸੋਚੀ ਬਖਸ਼ਦਾ ਹੈ, ਜਿਹਦੇ 'ਤੇ ਕਿਰਪਾ ਕਰਦਾ ਹੈ, ਉਹਨੂੰ ਹੀ ਇਸ ਗੱਲ ਦੀ ਸਮਝ ਆਉਂਦੀ ਹੈ। ਸੋ ਹਰ ਮਾਰਗ ਪਾਈਏ, ਉਹ ਉਸ ਮਾਰਗ ਦੇ ਉੱਪਰ ਚੱਲਦਾ ਹੈ, ਉਹ ਉਸ ਮਾਰਗ ਦਾ ਧਾਰਨੀ ਬਣਦਾ ਹੈ। ਜਿਸ ਆਪ ਬੁਝਾਏ ਆਪ ਹਰ, ਇਸ ਕਰਕੇ ਕੋਸ਼ਿਸ਼ ਕਰੀਏ ਇਸ ਮਾਰਗ ਨੂੰ, ਇਹ ਪੰਥ ਨੂੰ ਸਮਝਣ ਦੀ, ਇਸ ਮਾਰਗ 'ਤੇ ਸਹੀ ਮਾਇਨਿਆਂ ਦੇ ਨਾਲ ਸਾਡੇ ਵੱਡਿਆਂ ਬਜ਼ੁਰਗਾਂ ਨੇ, ਮਹਾਨ ਸ਼ਹੀਦਾਂ ਨੇ ਚੱਲ ਕੇ ਪਹਿਰਾ ਦੇ ਕਰਕੇ ਬੜਾ ਔਖਾ ਸੀ ਇਹਦੇ ਉੱਪਰ ਚੱਲਣਾ। ਇੱਕ ਰੱਬੀ ਰਾਹ ਦਾ ਮਾਰਗ, ਇੱਕ ਮਾਨਵਤਾ ਮਨੁੱਖਤਾ ਦਾ ਮਾਰਗ, ਇੱਕ ਪ੍ਰਭੂ ਦੇ ਸਿਮਰਨ ਦਾ ਮਾਰਗ, ਇਹ ਸਾਰੀਆਂ ਫਿਰਕਾ ਪ੍ਰਸਤੀਆਂ ਅਤੇ ਜਿਤਨੀਆਂ ਵੀ ਸਮਾਜ ਦੇ ਵਿੱਚ ਭੇਦ ਭਾਵ ਹੈ ਉਹਨਾਂ ਸਾਰਿਆਂ ਨੂੰ ਮੁਕਾਉਣ ਵਾਲਾ ਮਾਰਗ ਹੈ। ਇਹ ਸਾਰੀ ਮਾਨਵਤਾ ਨੂੰ ਇੱਕ ਪਲੇਟਫਾਰਮ ਦੇ ਉੱਪਰ ਇਕੱਠਿਆਂ ਕਰਨ ਵਾਲਾ ਮਾਰਗ ਹੈ। ਇਹ ਮਾਰਗ ਹੈ ਜਿਹਦੇ ਨਾਲ ਸਾਰੇ ਝਗੜੇ ਕਲੇਸ਼ ਜਿਹੜੇ ਨੇ ਉਹ ਸੰਸਾਰ ਦੇ ਖਤਮ ਹੁੰਦੇ ਨੇ, ਮੁੱਕਦੇ ਨੇ। ਇਸ ਕਰਕੇ ਮਹਾਰਾਜ ਨੇ ਆਖਿਆ ਸੀ ਕਿ ਜਿਹੜੀਆਂ ਤਾਕਤਾਂ, ਬੱਧੀ ਤਾਕਤਾਂ ਜਿਹੜੀਆਂ ਨੇ, ਫਿਰਕਾ ਪ੍ਰਸਤ ਤਾਕਤਾਂ ਜਿਹੜੀਆਂ ਨੇ, ਵਰਨ ਵੰਡ ਆਸ਼ਰਮ ਵਾਲੀਆਂ ਫਿਰਕਾ ਪ੍ਰਸਤ ਤਾਕਤਾਂ ਨੇ, ਜਾਂ ਸਰਕਾਰੀ ਜਿਹੜੀ ਜ਼ਬਰ ਹੈ, ਜ਼ੁਲਮ ਹੈ ਮਨੁੱਖਤਾ ਦੇ ਉੱਪਰ, ਉਹ ਤਾਂ ਹੀ ਮੁੱਕ ਸਕਦਾ ਹੈ ਜੇ ਇਹ ਗੱਲ ਹਰ ਮਨੁੱਖ ਦੇ ਹਿਰਦੇ ਦੇ ਵਿੱਚ ਪੈ ਜਾਵੇ। ਇਸੇ ਕਰਕੇ ਉਹਨਾਂ ਨੇ ਇਸ ਮਾਰਗ ਨੂੰ ਜਿਹੜਾ ਹੈ ਇਹ ਸਿਰ ਤਲੀ 'ਤੇ ਧਰ ਕੇ ਚੱਲਣ ਵਾਲਾ ਮਾਰਗ ਆਖਿਆ। ਅਤੇ ਕਿਹਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ, ਜਾਓ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜੇ ਇਸ ਮਾਰਗ ਦੇ ਉੱਪਰ ਚੱਲਣ ਦਾ ਚਾਅ ਹੈ ਤਾਂ ਪਹਿਲਾਂ ਇਹ ਮੰਨਣਾ ਪਵੇਗਾ, ਸਿਰ ਤਲੀ 'ਤੇ ਧਰਨਾ ਪਵੇਗਾ। ਇਹ ਸਿਰ ਤਲੀ 'ਤੇ ਰੱਖ ਕੇ ਚੱਲਣ ਵਾਲਾ ਮਾਰਗ ਹੈ, ਇਹ ਉਹ ਮਾਰਗ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਮੌਤ ਦੇ ਭੈ ਨੂੰ, ਮੌਤ ਦੇ ਡਰ ਨੂੰ ਮੁਕਾਉਣਾ ਪੈਣਾ ਹੈ। ਜਿਹੜਾ ਮੌਤ ਦਾ ਡਰਦਾ ਹੈ, ਭੈ ਖਾਂਦਾ ਹੈ, ਉਹ ਇਸ ਮਾਰਗ ਦੇ ਉੱਪਰ ਨਹੀਂ ਚੱਲ ਸਕਦਾ। ਇਹ ਰੱਬੀ ਸਿਮਰਨ ਦਾ, ਆਤਮਿਕ ਅਡੋਲਤਾ ਦਾ ਇਹ ਮਾਰਗ ਜਿਹੜਾ ਹੈ, ਜਾਓ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਇੱਥੇ ਜੇ ਲੋੜ ਪਈ ਨਾ ਸਿਰ ਦੇਣ ਦੀ ਤਾਂ ਫਿਰ ਕਾਣ ਨਹੀਂ, ਫਿਰ ਪਿਛਾਂ ਪੈਰ ਨਹੀਂ ਰੱਖਿਆ ਜਾ ਸਕਦਾ। ਇਸ ਕਰਕੇ ਪਹਿਲੋਂ ਹੀ ਸੋਚ ਕੇ ਪਾਤਸ਼ਾਹ ਨੇ, ਪਹਿਲੇ ਪਾਤਸ਼ਾਹ ਨੇ ਇਸੇ ਕਰਕੇ ਇਹ ਸ਼ਬਦ ਲਿਖੇ ਨੇ, ਕਿਉਂਕਿ ਜਿਹੜੀਆਂ ਬਦੀ ਦੀਆਂ ਤਾਕਤਾਂ, ਫਿਰਕਾ ਪ੍ਰਸਤ ਤਾਕਤਾਂ, ਮੁਤਸਬੀ ਤਾਕਤਾਂ ਨੇ ਮਨੁੱਖਤਾ ਦੀਆਂ ਵੈਰੀ, ਉਹ ਬੜੀਆਂ ਬਲਵਾਨ ਨੇ, ਉਹ ਬੜੀਆਂ ਵੱਡੀਆਂ ਨੇ, ਕਿਸੇ ਵੇਲੇ ਵੀ ਉਹਨਾਂ ਤਾਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਜਿਹੜਾ ਬੰਦਾ ਅਚਾਨਕ ਜਿਹਦੇ ਚੱਲਦਿਆਂ ਕਿਸੇ ਰਸਤੇ ਵਿੱਚ ਕੋਈ ਔਕੜ ਆ ਜਾਵੇ ਉਹ ਘਬਰਾ ਜਾਵੇਗਾ, ਪਰ ਘਰੋਂ ਤੁਰਨ ਲੱਗੇ ਜਿਹੜਾ ਸਮਝੇਗਾ ਕਿ ਆਹ ਔਕੜਾਂ ਆਹ ਮੁਸੀਬਤਾਂ ਆਹ ਦੁੱਖ ਆਹ ਤਕਲੀਫ ਜਿਹੜੇ ਨੇ ਇਹ ਮੇਰੇ ਮਾਰਗ ਮੇਰੇ ਰਾਹ ਦੇ ਵਿੱਚ ਆਉਣੀਆਂ ਨੇ, ਪਹਿ ਮੈਂ ਪਹਿਲਾਂ ਹੀ ਸੋਚ ਕੇ ਚੱਲਦਾ ਹੈ ਵੀ ਆਉਣੀਆਂ ਨੇ, ਇਹ ਕੋਈ ਗੱਲ ਨਹੀਂ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਇਸ ਕਰਕੇ ਕਿਹਾ ਵੀ ਪਹਿਲਾਂ ਮੌਤ ਨੂੰ ਕਬੂਲ ਕਰ ਲਓ। ਮੌਤ ਤੋਂ ਹਰ ਬੰਦਾ ਡਰਦਾ ਹੈ, ਮੌਤ ਤੋਂ ਹਰ ਮਨੁੱਖ ਛੋਟਿਆ ਵੱਡਾ ਹਰੇਕ ਭੈ ਖਾਂਦਾ ਹੈ, ਇਹ ਮੌਤ ਐਸੀ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੇ ਇਹ ਗੱਲ ਸਮਝ ਲੈਂਦੇ ਨੇ, ਰੱਬੀ ਰਾਹ ਦੇ ਉੱਪਰ ਚੱਲ ਪੈਂਦੇ ਨੇ, ਇੱਕ ਨਿਰੰਕਾਰ ਇੱਕ ਪਰਮੇਸ਼ਰ ਦੇ ਜੋ ਸਭ ਦੇ ਵਿੱਚ ਵਸਣ ਵਾਲਾ ਹੈ, ਜਿਹੜੇ ਉਹਦੇ ਮਾਰਗ 'ਤੇ ਚੱਲ ਪੈਂਦੇ ਨੇ, ਉਹਨਾਂ ਦਾ ਮੌਤ ਦਾ ਡਰ ਮੌਤ ਦਾ ਭੈ ਮੁੱਕ ਜਾਂਦਾ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ, ਜਿਨ੍ਹਾਂ ਨੇ ਨਿਰਭਉ ਨੂੰ ਧਿਆਇਆ ਉਹਨਾਂ ਦਾ ਸਾਰਾ ਹੀ ਭੈ ਮੁਕਾਤਾ ਨਿਰਭਉ ਪਰਮਾਤਮਾ ਨੇ। ਮੌਤ ਦਾ ਡਰ ਨਾ ਉਹਨਾਂ ਦੇ ਅੰਦਰ ਰਿਹਾ, ਇਹ ਮੌਤ ਦਾ ਡਰ ਭੈ ਉਹਨਾਂ ਨੂੰ ਹੀ ਵਿਆਪਦਾ ਹੈ ਜਿਹੜੇ ਉਸ ਨਿਰੰਕਾਰ ਪਰਮਾਤਮਾ ਦੇ ਰਾਹ 'ਤੇ ਨਹੀਂ ਚੱਲੇ, ਜਿਨ੍ਹਾਂ ਨੂੰ ਸੋਝੀ ਨਹੀਂ ਆਈ, ਜਿਨ੍ਹਾਂ ਨੂੰ ਗਿਆਨ ਨਹੀਂ ਹੋਇਆ। ਅਤੇ ਮਹਾਰਾਜ ਕਹਿੰਦੇ ਨੇ ਉਹ ਪਲ ਪਲ ਮਰਦੇ ਰਹਿੰਦੇ ਨੇ, ਜਿਹ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ। ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਦੇ ਨਾਲ ਉਹ ਮੌਤ ਜਿਹੜੀ ਹੈ, ਜਿਹੜੀ ਮੌਤ ਹਰ ਬੰਦੇ ਨੂੰ ਡਰਾਉਂਦੀ ਹੈ, ਹਰ ਬੰਦੇ ਨੂੰ ਭੈ ਭੀਤ ਕਰਦੀ ਹੈ, ਤਰਾਸਿਆ ਦਾ ਮਤਲਬ ਡਰਾਇਆ ਹੋਇਆ ਹੈ ਜਾਂ ਡਰਿਆ ਹੋਇਆ ਹੈ। ਜਿਹ ਮਰਨੇ ਸਭ ਜਗਤ ਤਰਾਸਿਆ, ਜਿਸ ਮੌਤ ਦੇ ਨਾਲ, ਜਿਸ ਮੌਤ ਮਰਨ ਦੇ ਡਰ ਦੇ ਨਾਲ ਭੈ ਦੇ ਨਾਲ ਸਾਰਾ ਸੰਸਾਰ ਡਰਿਆ ਹੋਇਆ ਹੈ, ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ, ਉਸ ਮੌਤ ਨੂੰ ਗੁਰੂ ਨੇ ਜਿਹੜਾ ਸੀ ਸਮਝਾ ਦਿੱਤਾ ਕਿ ਮੌਤ ਇੱਕੋ ਵਾਰੀ ਹੁੰਦੀ ਹੈ, ਸਰੀਰਕ ਮੌਤ ਜਿਹੜੀ ਹੈ, ਪਰ ਉਸ ਤੋਂ ਪਹਿਲਾਂ ਵਿਸ਼ਿਆਂ ਵਿਕਾਰਾਂ ਦੇ ਅਧੀਨ ਰਹਿ ਕਰਕੇ ਬੰਦਾ ਇੱਕ ਵਾਰ ਨਹੀਂ ਕਈ ਵਾਰ ਮਰਦਾ ਹੈ। ਮਰ ਮਰ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਇਸ ਸਰੀਰ ਦੇ ਵਿੱਚ ਬੰਦੇ ਜਿਹੜੇ ਨੇ ਮਰਦੇ ਨੇ। ਇੱਥੇ ਇੱਕ ਗੱਲ ਜਿਹੜੀ ਹੈ, ਸੰਤ ਜਰਨੈਲ ਸਿੰਘ ਜੀ ਆਖਿਆ ਕਰਦੇ ਸਨ ਕਿ ਸਰੀਰਕ ਮੌਤ ਜਿਹੜੀ ਹੈ ਮੈਂ ਉਹਨੂੰ ਮੌਤ ਨਹੀਂ ਮੰਨਦਾ, ਅਣਖ ਦਾ ਮਰ ਜਾਣਾ, ਗੈਰਤ ਦਾ ਮਰ ਜਾਣਾ ਅਸਲ ਮੌਤ ਹੈ। ਅਤੇ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ, ਪਾਤਸ਼ਾਹ ਕਹਿੰਦੇ ਨੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜਿੱਤਾ ਕਿਛ ਖਾਏ। ਜਿਉਂਦਿਆਂ ਜੀ ਬੇਪਤ ਹੋ ਕੇ ਜਿਉਣਾ ਜਿਹੜਾ ਹੈ ਇਹ ਮੌਤ ਦੇ ਬਰਾਬਰ ਹੀ, ਮਰਨ ਦੇ ਬਰਾਬਰ ਹੀ ਹੈ। ਦੁਨੀਆਂ ਦੇ ਲੋਕ ਵਾਰ ਵਾਰ ਮਰਦੇ ਨੇ, ਪਰ ਜਿਹੜੇ ਇਸ ਗੱਲ ਨੂੰ ਸਮਝ ਲੈਂਦੇ ਨੇ, ਗੁਰ ਸ਼ਬਦ ਸਿਧਾਂਤ ਨੂੰ ਸਮਝ ਲੈਂਦੇ ਨੇ, ਗੁਰਬਾਣੀ ਦੇ ਆਸ਼ੇ ਨੂੰ ਸਮਝ ਲੈਂਦੇ ਨੇ, ਉਹ ਫਿਰ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਡਰ ਮੁੱਕ ਜਾਂਦਾ ਹੈ। ਜਿਹ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ, ਉਹ ਫਿਰ ਤਿਆਰ ਹੁੰਦੇ ਨੇ। ਉਹ ਕਹਿੰਦੇ ਨੇ ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿੰਨੀ ਰਾਮ ਨਾ ਜਾਣਿਆ। ਅਬ ਕੈਸੇ ਮਰੋ, ਹੁਣ ਕਿੱਦਾਂ ਮਰਿਆ ਜਾਵੇ, ਮਰਨ ਮਨ ਮਾਨਿਆ। ਉਹਨਾਂ ਦਾ ਮਨ ਜਿਹੜਾ ਹੈ ਉਹ ਮਰਨ ਵਾਸਤੇ ਹਰ ਵੇਲੇ ਤਿਆਰ ਰਹਿੰਦਾ ਹੈ, ਉਹ ਨਹੀਂ ਡਰਦੇ, ਉਹ ਨਹੀਂ ਪੈ ਖਾਂਦੇ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿੰਨੀ ਰਾਮ ਨਾ ਜਾਣਿਆ। ਜਿਨ੍ਹਾਂ ਨੇ ਰਵੇ ਹੋਏ ਪ੍ਰਕਾਸ਼ਮਾਨ ਸਭ ਦੇ ਵਿੱਚ ਵਸ ਰਹੇ ਪਰਮਾਤਮਾ ਨੂੰ ਨਹੀਂ ਜਾਣਿਆ, ਨਹੀਂ ਸਮਝਿਆ, ਉਹ ਹੀ ਵਾਰ ਵਾਰ ਮਰਦੇ ਨੇ। ਜਿਹੜੇ ਸਮਝ ਲੈਂਦੇ ਨੇ ਉਹਨਾਂ ਦੀ ਮੌਤ ਦਾ ਡਰ, ਉਹਨਾਂ ਦੀ ਮੌਤ ਦਾ ਭੈ ਮੁੱਕ ਜਾਂਦਾ ਹੈ। ਫੈਜ਼ ਕਵੀ ਨੇ ਲਿਖਿਆ ਹੈ, ਜੇ ਜਾਂ ਤੋਂ ਆਨੀ ਜਾਨੀ ਹੈ, ਇਸ ਜਾਂ ਕੀ ਕੋਈ ਬਾਤ ਨਹੀਂ, ਜਿਸ ਧਜ ਸੇ ਕੋਈ ਮਕਤਲ ਮੈਂ ਗਿਆ ਵੋ ਸ਼ਾਨ ਸਲਾਮਤ ਰਹਿੰਦੀ ਹੈ। ਇਹ ਜਾਣ ਤਾਂ ਕਹਿੰਦੇ ਜਾਣੀ ਹੀ ਹੈ, ਇਸ ਜ਼ਿੰਦਗੀ ਦੀ ਕੋਈ ਬਾਤ ਨਹੀਂ ਹੈ, ਕੋਈ ਗੱਲ ਨਹੀਂ ਹੈ, ਜਾਨ ਚਲੀ ਜਾਵੇ।
ਪਰ ਅਡੋਲਤਾ, ਅਣਖ, ਗੈਰਤ ਜਿਹੜੀ ਹੈ ਉਹ ਨਹੀਂ ਮਿਟਣੀ ਚਾਹੀਦੀ, ਉਹ ਨਹੀਂ ਖਤਮ ਹੋਣੀ ਚਾਹੀਦੀ। ਜਿਸ ਧੱਜ ਦੇ ਨਾਲ ਕੋਈ ਸੂਰਮਾ, ਕੋਈ ਮਰਜੀਵੜਾ, ਕੋਈ ਸੂਰਾ ਜਿਹੜਾ ਹੈ ਉਹ ਮੌਤ ਵੱਲ ਨੂੰ ਵੱਧਦਾ ਹੈ, ਮਕਤਲ ਉਹ ਚੀਜ਼ ਹੈ ਜਿੱਥੇ ਕਤਲ ਕੀਤਾ ਜਾਂਦਾ ਹੈ, ਆਹ ਮਕਤਲ ਹੈ, ਸ਼ਹੀਦੀ ਅਸਥਾਨ। ਮਕਤੂਲ ਉਹਨੂੰ ਕਹਿੰਦੇ ਨੇ ਜਿਹਦਾ ਕਤਲ ਕੀਤਾ ਜਾਂਦਾ ਹੈ, ਇੱਕ ਮਕਤੂਲ ਅਤੇ ਇੱਕ ਮਕਤਲ ਸ਼ਬਦ। ਕਹਿੰਦੇ ਨੇ ਜਿਸ ਧੱਜ ਸੇ ਕੋਈ ਮਕਤਲ ਮੈਂ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ, ਉਹ ਸ਼ਾਨ ਜਿਹੜੀ ਇਹ ਦੇਖਣ ਵਾਲੀ ਹੁੰਦੀ ਹੈ ਜਿਸ ਸ਼ਾਨ ਦੇ ਨਾਲ ਉਸ ਮਰਨ ਵਾਲੀ ਥਾਂ 'ਤੇ, ਸ਼ਹੀਦ ਹੋਣ ਵਾਲੀ ਥਾਂ 'ਤੇ ਜਦੋਂ ਕੋਈ ਸ਼ਹੀਦ ਜਾਂਦਾ ਹੈ। ਤੁਸੀਂ ਦੁਨੀਆ ਦੇ ਅੰਦਰ ਬੜੇ ਜਲੂਸ ਵੇਖੇ ਹੋਣੇ ਨੇ, ਪਰ ਇੱਕ ਜਲੂਸ ਅਬਦੁਲ ਸਮੰਦ ਖਾਨ, ਜ਼ਕਰੀਆ ਖਾਨ, ਅਤੇ ਇਸ ਉਸ ਸਮੇਂ ਦੇ ਉੱਪਰ ਜਿਸ ਸਮੇਂ ਬਾਬਾ ਜੀ ਦੀ ਸ਼ਹਾਦਤ ਹੋਈ ਹੈ, ਦੇਸ਼ ਦਾ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਸੀ ਫਰਖਸ਼ੀਅਰ ਸੀ, ਇੱਕ ਜਲੂਸ ਪੰਜਾਬ ਤੋਂ, ਲਾਹੌਰ ਤੋਂ ਹੋ ਕਰਕੇ ਦਿੱਲੀ ਆਉਂਦਾ ਹੈ। ਉਹ ਜਲੂਸ ਦੁਨੀਆ ਨੇ ਕਦੇ ਨਾ ਪਹਿਲਾਂ ਦੇਖਿਆ ਸੀ ਅਤੇ ਨਾ ਹੀ ਉਸ ਤੋਂ ਬਾਅਦ ਕਿਸੇ ਨੇ ਦੇਖਿਆ। ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦਾ ਜਨਮ ਪੁਣਛ ਰਜੌਰੀ ਵਿਖੇ ਨਗਰ ਦੇ ਵਿੱਚ, ਪੁਣਛ ਦੇ ਇਲਾਕੇ ਦੇ ਵਿੱਚ ਹੋਇਆ, ਨਾਮ ਲਛਮਣ ਦਾਸ, ਬਚਪਨ ਦਾ ਨਾਮ, ਮਾਤਾ ਪਿਤਾ ਦਾ ਰੱਖਿਆ ਹੋਇਆ ਨਾਮ। ਘਰ ਦੇ ਵਿੱਚੋਂ ਸ਼ਸਤਰ ਵਿੱਦਿਆ, ਘੋੜ ਸਵਾਰੀ ਇਹ ਸਿੱਖੇ ਰਾਜਪੂਤਾਨੇ ਦੇ ਵਿੱਚ ਹੋਣ ਕਰਕੇ ਪਰਿਵਾਰਕ ਪਿਛੋਕੜ ਜਿਹੜਾ ਸੀ, ਅਤੇ ਜਵਾਨ ਹੋਏ, ਸ਼ਿਕਾਰ ਦਾ ਸ਼ੌਂਕ ਸੀ, ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚ ਅਕਸਰ ਸ਼ਿਕਾਰ ਜਿਹੜੇ ਸਨ ਉਹ ਖੇਡੇ ਜਾਂਦੇ ਸਨ। ਸ਼ਿਕਾਰ ਖੇਡਦਿਆਂ ਹੋਇਆਂ ਇੱਕ ਦਿਨ ਹਿਰਨੀ ਦਾ ਸ਼ਿਕਾਰ ਹੋ ਗਿਆ। ਤੁਸੀਂ ਸਾਰਿਆਂ ਨੇ ਇਹ ਇਤਿਹਾਸ ਸੁਣਿਆ ਹੈ। ਅੱਜ ਉਹਨਾਂ ਦੇ ਪਾਵਨ ਅਸਥਾਨ 'ਤੇ ਉਹਨਾਂ ਦੇ ਜੀਵਨ ਦੇ ਬਾਰੇ ਕੁਝ ਸ਼ਬਦ ਸਾਂਝੇ ਕਰਨੇ, ਉਹਨਾਂ ਮਹਾਨ ਸ਼ਹੀਦਾਂ ਦੀ ਬਾਬਤ ਇਹ ਜ਼ਰੂਰੀ ਨੇ। ਜਦੋਂ ਹਿਰਨੀ ਦੇ ਕੋਲ ਗਏ, ਉਹਨਾਂ ਦੇ ਹੱਥ ਤੋਂ ਤੀਰ ਦੇ ਨਾਲ ਜਿਹੜੀ ਖਤਮ ਹੋ ਗਈ, ਉਹਦੇ ਉਹ ਗਰਭਵਤੀ ਸੀ, ਉਹਦੇ ਬੱਚੇ ਜਿਹੜੇ ਸਨ ਉਹ ਸਾਹਮਣੇ ਹੀ ਦੇਖਿਆ ਖਤਮ ਹੋ ਗਏ ਛੋਟੇ ਛੋਟੇ, ਉਹਨਾਂ ਦੇ ਮਨ ਦੇ ਉੱਪਰ ਬੜਾ ਗਹਿਰਾ ਅਸਰ ਪਿਆ, ਡੂੰਘਾ ਅਸਰ ਪਿਆ। ਇਸ ਕਰਕੇ ਕਸ਼ਮੀਰ ਵੱਲ ਜਾਂਦਿਆਂ ਇੱਕ ਵਾਰ ਬੈਰਾਗੀ ਸਾਧੂ ਜਾਨਕੀ ਪ੍ਰਸਾਦ ਜਾ ਰਹੇ ਸਨ। ਇਹ ਕਈ ਦਿਨ ਜਿਹੜਾ ਸੀ ਉਹਨਾਂ ਦੇ ਮਨ ਦੇ, ਜਿੱਦਾਂ ਅੱਜ ਕੱਲ੍ਹ ਡਿਪਰੈਸ਼ਨ 'ਚ ਚਲਾ ਜਾਂਦਾ ਹੈ ਨਾ, ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ, ਮਨ ਦੇ ਉੱਪਰ ਡੂੰਘਾ ਅਸਰ ਪੈ ਜਾਣਾ, ਗਹਿਰਾ ਅਸਰ ਜਦੋਂ ਕਿਸੇ ਵੀ ਗੱਲ ਦਾ ਪੈ ਜਾਵੇ ਤਾਂ ਗੰਭੀਰ ਹੋ ਗਏ। ਮਨ ਦੇ ਵਿੱਚ ਅਫਸੋਸ ਹੋਇਆ ਇਸ ਗੱਲ ਦਾ ਕਿ ਮੇਰੇ ਹੱਥੋਂ ਬੱਚੇ ਜਿਹੜੇ ਨੇ ਪੇਟ ਦੇ ਵਿੱਚ ਹੀ ਮਰ ਗਏ ਨੇ ਜਾਨਵਰ ਦੇ, ਇਸ ਦੇ ਨਾਲ ਮਨ ਦੇ ਉੱਪਰ ਇੰਨਾ ਗਹਿਰਾ ਅਸਰ ਪਿਆ ਕਿ ਸਾਧੂ ਜਾਨਕੀ ਪ੍ਰਸਾਦ ਦੇ ਨਾਲ ਜਦੋਂ ਮੇਲ ਹੋਇਆ ਰਜੌਰੀ ਦੇ ਵਿੱਚੋਂ ਦੀ, ਉਹ ਜਦੋਂ ਲੰਘੇ ਜਾਂਦਿਆਂ ਹੋਈ ਉੱਥੇ ਪੜਾਅ ਕੀਤਾ, ਤਾਂ ਉਹਨਾਂ ਦੇ ਜੋ ਉਪਦੇਸ਼ ਸੀ ਉਹ ਤੋਂ ਪ੍ਰਭਾਵਿਤ ਹੋ ਕਰਕੇ ਉਹਨਾਂ ਨੂੰ ਉਹਨਾਂ ਨੇ ਗੁਰੂ ਧਾਰਨ ਕਰ ਲਿਆ, ਕਿਉਂਕਿ ਮਨ ਟਿਕ ਨਹੀਂ ਸੀ ਰਿਹਾ, ਮਨ ਨੂੰ ਅਡੋਲਤਾ ਨਹੀਂ ਸੀ ਮਿਲ ਰਹੀ, ਸ਼ਾਂਤ ਨਹੀਂ ਸੀ ਹੋ ਰਿਹਾ, ਐਸਾ ਅਸਰ ਪਿਆ ਸੀ। ਉਹਨਾਂ ਦਾ ਜੀਵਨ ਪੜ੍ਹਦੇ ਹਾਂ, ਸੰਖੇਪ ਦੇ ਵਿੱਚ ਮੈਂ ਬੇਨਤੀ ਕਰਾਂ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਹੀ ਭ੍ਰਮਣ ਕਰਦਿਆਂ ਹੋਇਆਂ ਵੈਰਾਗੀ ਸਾਧੂਆਂ ਦੇ ਨਾਲ, ਉਹਨਾਂ ਨੇ ਨਾਮ ਜਿਹੜਾ ਸੀ ਉਹਨਾਂ ਦਾ ਮਾਧੋ ਦਾਸ ਵੈਰਾਗੀ ਰੱਖ ਦਿੱਤਾ ਸੀ, ਲਛਮਣ ਦਾਸ ਤੋਂ ਮਾਧੋ ਦਾਸ।
ਉਹਨਾਂ ਦੇ ਨਾਲ ਵਿਚਰਦਿਆਂ ਵਿਚਰਦਿਆਂ ਜਦੋਂ ਲਾਹੌਰ ਦੇ ਨੇੜੇ ਰਾਮ ਥੰਮਣ ਪਹੁੰਚੇ, ਉੱਥੇ ਫਿਰ ਇੱਕ ਹੋਰ ਸਾਧੂ ਰਾਮਦਾਸ ਜੀ ਉਹਨਾਂ ਦੇ ਨਾਲ ਉਹਨਾਂ ਦੀ ਭੇਟ ਹੋਈ, ਮੇਲ ਹੋਇਆ। ਫਿਰ ਉਹਨਾਂ ਨੂੰ ਉਹਨਾਂ ਨੇ ਗੁਰੂ ਧਾਰਨ ਕਰ ਲਿਆ, ਪਰ ਮਨ ਦੀ ਤਸੱਲੀ ਫਿਰ ਨਾ ਹੋਈ, ਮਨ ਦੀ ਤਸੱਲੀ ਫਿਰ ਨਾ ਹੋਈ। ਫਿਰਦਿਆਂ ਫਿਰਦਿਆਂ ਘਰ ਤੋਂ ਬਾਹਰ ਵਿਚਰਦਿਆਂ ਵਿਚਰਦਿਆਂ ਸਾਧੂ ਰੂਪ ਧਾਰ ਕਰਕੇ ਅਨੇਕਾਂ ਥਾਵਾਂ 'ਤੇ ਪਹੁੰਚਦੇ ਹੁੰਦੇ ਹੋਏ ਨਾਸਿਕ ਜਦੋਂ ਗਏ, ਨਾਸਿਕ ਉੱਥੇ ਉਹਨਾਂ ਦੇ ਨਾਲ ਔਗੜਨਾਥ ਜੋਗੀ ਦੇ ਨਾਲ ਉਹਨਾਂ ਦੀ ਭੇਟ ਵਾਰਤਾ ਹੋਈ। ਤੀਸਰੀ ਵਾਰ ਉਹਨਾਂ ਨੂੰ ਉਹਨਾਂ ਨੇ ਆਪਣਾ ਜਿਹੜਾ ਸੀ ਉਹ ਗੁਰੂ ਆਗੂ ਜਿਹੜਾ ਸੀ ਉਹ ਧਾਰਨ ਕੀਤਾ। ਉਹਨਾਂ ਦੇ ਕੋਲੋਂ ਤੰਤਰਿਕ ਵਿੱਦਿਆ, ਹੋਰ ਕਈ ਤਰ੍ਹਾਂ ਦੀਆਂ ਵਿੱਦਿਆਵਾਂ ਜਿਹੜੀਆਂ ਸੀ ਉਹ ਸਿੱਖੀਆਂ ਉਹਨਾਂ ਨੇ। ਇਤਿਹਾਸ ਦੱਸਦਾ ਹੈ ਕਿ ਨਾਸਿਕ ਰਹਿੰਦਿਆਂ ਹੋਇਆਂ ਔਗੜਨਾਥ ਜੀ ਜਦੋਂ ਚੜ੍ਹਾਈ ਕਰ ਗਏ ਅਤੇ ਉਹਨਾਂ ਤੋਂ ਬਾਅਦ ਉਹਨਾਂ ਦੀ ਜਿਹੜੀ ਆਗੂ ਸੀ ਉਹ ਬਾਬਾ ਜੀ ਬਣ ਗਏ। ਉਸ ਤੋਂ ਬਾਅਦ ਨਾਂਦੇੜ ਦੀ ਜਿਹੜੀ ਧਰਤੀ ਹੈ ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਭੇਟ ਵਾਰਤਾ ਹੁੰਦੀ ਹੈ, ਉੱਥੇ ਆਪਣਾ ਡੇਰਾ ਬਣਾ ਕਰਕੇ ਰਹਿਣ ਲੱਗ ਪਏ ਸਨ। ਅਕਸਰ ਤੁਸੀਂ ਸੁਣਿਆ ਮਨ ਨੂੰ ਫਿਰ ਵੀ ਸ਼ਾਂਤੀ ਨਾ ਮਿਲੀ, ਮਨ ਅਡੋਲ ਨਾ ਹੋਇਆ। ਜਿਹੜੀ ਜਿਸ ਭਾਲ ਦੇ ਵਿੱਚ ਸਨ, ਜਿਸ ਵਸਤੂ ਨੂੰ ਪ੍ਰਾਪਤ ਕਰਨ ਦੀ ਜਗਿਆਸਾ ਸੀ, ਉਹ ਜਗਿਆਸਾ ਉਸ ਵੇਲੇ ਵੀ ਨਾ ਪੂਰੀ ਹੋਏ। ਅਨੇਕਾਂ ਥਾਵਾਂ 'ਤੇ ਭਟਕਦਿਆਂ ਅਨੇਕਾਂ ਗੁਰੂਆਂ ਨੂੰ ਧਾਰਨ ਕਰਕੇ ਵੀ ਜਿਹੜੀ ਸੀ ਮਨ ਦੀ ਤਸੱਲੀ ਨਾ ਹੋਈ। ਉੱਥੇ ਉਹਨਾਂ ਦਾ ਜਿਹੜਾ ਵਿੱਦਿਆ ਜਿਹੜੀ ਲਈ ਸੀ, ਸਿੱਖੀ ਸੀ ਤਾਂਤਰਿਕ ਵਿੱਦਿਆ ਜਾਂ ਹੋਰ ਵਿੱਦਿਆ ਜਿਹੜੀ ਸਿੱਖੀ ਸੀ ਉਹਨਾਂ ਦੇ ਨਾਲ, ਉਹ ਅਕਸਰ ਉਹਨਾਂ ਨੂੰ ਵਰਤਦੇ ਸਨ ਰਿਧੀਆਂ ਸਿੱਧੀਆਂ ਲੈ ਕਰਕੇ। ਉਹਨਾਂ ਦੇ ਅਸਥਾਨ ਦੇ ਉੱਪਰ ਕੋਈ ਆਉਂਦਾ, ਇੱਕ ਪਲੰਘ ਜਿਹਦੇ ਉੱਪਰ ਉਹ ਬੈਠਦੇ ਸਨ, ਉਹਨਾਂ ਨੂੰ ਬਿਠਾਉਂਦੇ, ਫਿਰ ਪਲੰਘ ਨੂੰ ਉਲਟਾ ਦਿੰਦੇ, ਰਿਧੀਆਂ ਸਿੱਧੀਆਂ ਦਿਖਾਉਂਦੇ। ਇਹਨਾਂ ਕਰਾਮਾਤਾਂ ਅਤੇ ਰਿਧੀਆਂ ਸਿੱਧੀਆਂ ਜਿਹੜੀਆਂ ਇਹਨਾਂ ਦੇ ਵਿੱਚ ਹੀ ਪਏ ਹੋਏ ਸਨ। ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਜ਼ਲੂਮਾਂ ਦੀ ਰੱਖਿਆ ਵਾਸਤੇ, ਧਰਮ ਦੀ ਰੱਖਿਆ ਵਾਸਤੇ ਆਪਣਾ ਸਰਬੰਸ ਵਾਰ ਕਰਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਛੋਟੇ ਸਾਹਿਬਜ਼ਾਦੇ ਬਾਬਾ ਚਾਰੋ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਭਨਾਂ ਨੂੰ ਵਾਰਨ ਤੋਂ ਬਾਅਦ 1708 ਦੇ ਵਿੱਚ ਸਨ ਉੱਥੇ ਨਾਂਦੇੜ ਦੀ ਧਰਤੀ ਦੇ ਉੱਪਰ। 1707 ਦੇ ਵਿੱਚੋਂ ਦੀ ਇੱਥੋਂ ਦਿੱਲੀ ਤੋਂ ਹੁੰਦੇ ਹੋਏ ਪਾਤਸ਼ਾਹ ਜੀ ਉੱਥੇ ਪਹੁੰਚੇ ਸਨ। ਗੁਰੂ ਗਰੀਬ ਨਿਵਾਜ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਇਹ ਨਾਰਾ ਸੀ ਕਿ ਇਸ ਧਰਤੀ ਦੇ ਉੱਪਰ ਧਰਮ ਸਥਾਪਿਤ ਹੋਵੇ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ, ਜਾਹੀ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਭ ਮਨਮੰ। ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਭੈ ਅਵਲੋਪ ਚਪੈਂਗੇ। ਧਰਮ ਦੀ ਸਥਾਪਤੀ ਕਰਨਾ, ਜ਼ੁਲਮ ਦਾ ਨਾਸ਼ ਕਰਨਾ, ਇਹ ਉਹਨਾਂ ਦਾ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਚਲਾਇਆ ਹੋਇਆ ਪੰਥ ਮਾਰਗ ਸੀ ਉਹਦੇ ਉੱਪਰ ਚੱਲਦਿਆਂ ਹੋਇਆਂ ਗਰੀਬ ਨਿਵਾਜ ਨੇ ਕਿੰਨੀਆਂ ਜੰਗਾਂ ਕੀਤੀਆਂ। 13-14 ਜੰਗਾਂ ਦਾ ਜ਼ਿਕਰ ਹੈ, ਜਿਨ੍ਹਾਂ ਦੇ ਵਿੱਚ ਬਹੁਤੀਆਂ ਜੰਗਾਂ ਜਿਹੜੀਆਂ ਸਨ ਮੁਤਸਬੀ ਅਤੇ ਫਿਰਕਾ ਪ੍ਰਸਤ ਹਿੰਦੂ ਪਹਾੜੀ ਰਾਜਿਆਂ ਦੇ ਨਾਲ ਸਨ। ਉਹਨਾਂ ਜੰਗਾਂ ਦੇ ਵਿੱਚ ਮੁਗਲੀਆ ਹਕੂਮਤ ਇੱਕ ਪਾਸੇ ਉਹ ਆਪਣੀ ਮੁਤਸਬ ਦੇ ਵਿੱਚ ਸੀ ਅਤੇ ਦੂਸਰੇ ਪਾਸੇ ਉਹਨਾਂ ਦੇ ਨਾਲ ਰਲੇ ਹੋਏ ਇੱਥੋਂ ਦੇ ਰਾਜੇ ਸਨ, ਸ਼ਾਸਕ ਸਨ। 3-4 ਜੰਗਾਂ ਜਿਹੜੀਆਂ ਨੇ ਉਹ ਮੁਗਲਾਂ ਦੀਆਂ ਨੇ ਸਿੱਧੀਆਂ, ਅਤੇ ਬਾਕੀ ਜਿਹੜੀਆਂ ਨੇ ਹਿੰਦੂ ਰਾਜਿਆਂ ਦੀਆਂ ਨੇ। ਵੇਖੋ
ਜਿਨ੍ਹਾਂ ਦੇ ਵਾਸਤੇ, ਜਿਨ੍ਹਾਂ ਦੀ ਆਜ਼ਾਦੀ ਦੇ ਵਾਸਤੇ ਕਲਗੀਧਰ ਪਾਤਸ਼ਾਹ ਆਪਣਾ ਸਭ ਕੁਝ ਵਾਰ ਰਹੇ ਨੇ, ਸਭ ਕੁਛ ਦਾਅ ਤੇ ਲਾ ਕੇ ਬੈਠੇ ਨੇ, ਉਹਨਾਂ ਦੇ ਆਗੂ ਅਖਵਾਉਣ ਵਾਲੇ ਜਿਹੜੇ ਸਨ, ਆਪਣੇ ਆਪ ਨੂੰ ਹਿੰਦੂਆਂ ਦੇ ਰਾਖੇ ਕਹਿਣ ਵਾਲੇ ਜਿਹੜੇ ਸਨ, ਉਹ ਹੀ ਉਹਨਾਂ ਦਾ ਨਾਸ਼ ਕਰਨ ਦੇ ਉੱਪਰ ਤੁਲੇ ਹੋਏ ਸਨ। ਰਾਜਾ ਭੀਮ ਚੰਦ ਵਰਗੇ ਪਹਾੜੀ ਰਾਜੇ, ਬਾਈ ਧਾਰ ਦੇ ਪਹਾੜੀ ਰਾਜਿਆਂ ਦਾ ਜਿਹੜਾ ਸਾਂਝਾ ਸਮੂਹ ਸੀ, ਉਹਨਾਂ ਦੇ ਮੁਖੀ ਸਨ। ਔਰੰਗਜ਼ੇਬ ਦੇ ਕੋਲ ਕਈ ਵਾਰ ਅਨੇਕਾਂ ਤੋਹਫੇ ਲੈ ਕਰਕੇ ਗਏ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿਰੁੱਧ। ਜਦੋਂ ਆਨੰਦਪੁਰ ਸਾਹਿਬ ਦਾ ਘੇਰਾ ਪਾਇਆ ਸੀ ਤਾਂ ਇਹ ਰਾਜੇ ਇਕੱਠੇ ਹੋ ਕੇ ਦਿੱਲੀ ਆਏ ਸਨ। ਇਹਨਾਂ ਨੇ ਕਿਹਾ ਸੀ ਕਿ ਅਸੀਂ ਸਾਰੇ ਹਿੰਦੂ ਰਾਜੇ, ਹੇ ਬਾਦਸ਼ਾਹ, ਤੁਹਾਡੇ ਗੁਲਾਮ ਹਾਂ। ਗੁਰੂ ਗੋਬਿੰਦ ਸਿੰਘ ਦੀ ਤਾਕਤ ਵੱਧਦੀ ਜਾ ਰਹੀ ਹੈ, ਇਹ ਤਾਕਤ ਸਾਡੇ ਰਾਜ ਲਈ ਵੀ ਖਤਰਾ ਹੈ, ਤੇ ਜੇ ਸਾਡੇ ਰਾਜ ਨਾ ਰਹੇ ਤੇ ਤੁਹਾਡੇ ਰਾਜ ਦੇ ਵਾਸਤੇ ਵੀ, ਬਾਦਸ਼ਾਹ ਦੇ ਵਾਸਤੇ ਵੀ ਇਹ ਵੱਡਾ ਖਤਰਾ ਜਿਹੜਾ ਹੈ ਸਾਬਤ ਹੋ ਸਕਦੀ ਹੈ। ਇਸ ਕਰਕੇ ਅਸੀਂ ਤਾਂ ਬੜੇ ਚਿਰਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੜ ਰਹੇ ਹਾਂ, ਹਕੂਮਤ ਇਹਦੇ ਵਿੱਚ ਸਾਥ ਦੇਵੇ। ਅਸੀਂ ਤੇ ਕਈ ਜੰਗਾਂ ਲੜ ਕੇ ਦੇਖ ਲਈਆਂ ਨੇ, ਪਰ ਅਸੀਂ ਫਤਿਹ ਨਹੀਂ ਪਾ ਸਕੇ। ਇੱਕ ਵੀ ਜੰਗ ਦੇ ਵਿੱਚ ਇਹ ਰਾਜਾ ਜਿਹੜੇ ਸੀ, ਚਾਹੇ ਪੰਗਾਣੀ ਦਾ ਯੁੱਧ ਸੀ, ਚਾਹੇ ਕਿਸੇ ਕੋਈ ਵੀ ਯੁੱਧ ਸੀ, ਕਿਸੇ ਵੀ ਯੁੱਧ ਦੇ ਵਿੱਚ ਫਤਿਹ ਨਹੀਂ ਸਨ ਪ੍ਰਾਪਤ ਕਰ ਸਕੇ। ਖਾਲਸੇ ਦੀ ਸਾਜਨਾ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਊਚ ਨੀਚ ਜਾਤ ਭਾਤ ਦਾ ਭੇਦ ਭਾਵ ਮਿਟਾ ਕਰਕੇ ਇੱਕ ਐਸੀ ਜਥੇਬੰਦਕ ਪ੍ਰਣਾਲੀ ਜਿਹੜੀ ਸੀ ਪੈਦਾ ਕਰ ਦਿੱਤੀ ਸੀ, ਜਿਹੜੇ ਹਰ ਜ਼ੁਲਮ ਹਰ ਜ਼ਬਰ ਦਾ ਨਾਸ਼ ਕਰਨ ਦੀ ਸਮਰੱਥਾ ਰੱਖਦੀ ਸੀ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਇਹ ਪਰਮਾਤਮਾ ਦੀ ਮੌਜ ਦੇ ਵਿੱਚ ਰਚਿਆ ਹੋਇਆ ਖਾਲਸਾ ਸੀ। ਜ਼ਬਰ ਜ਼ੁਲਮ ਦਾ ਨਾਸ਼ ਕਰਨਾ ਜਿਸ ਦਾ ਨਿਸ਼ਾਨਾ ਸੀ, ਅਕਾਲ ਦੀ ਇਹ ਫੌਜ ਸੀ, ਇਹਦੇ ਅੱਗੇ ਦੁਨਿਆਵੀ ਫੌਜ ਕਿਵੇਂ ਟਿਕ ਸਕਦੀ ਸੀ? ਰੱਬ ਦੀ ਫੌਜ ਅੱਗੇ, ਪਰਮੇਸ਼ਰ ਦੀ ਫੌਜ ਅੱਗੇ, ਜਿਹਦਾ ਨਿਸ਼ਾਨਾ ਸਤਿ ਸ੍ਰੀ ਅਕਾਲ ਹੋਵੇ। ਤੁਸੀਂ ਜੰਕਾਰੇ ਲਾਉਂਦੇ ਜੇ ਨਾ, ਸਤਿ ਸ੍ਰੀ ਅਕਾਲ, ਇਹ ਕਿਸੇ ਵਿਅਕਤੀ ਦਾ ਜੰਕਾਰਾ ਨਹੀਂ ਹੈ। ਅੱਜ ਕੱਲ੍ਹ ਸਾਡੇ ਵਿੱਚ ਭੇਦਭਾਵ ਪਾਏ ਜਾ ਰਹੇ ਨੇ, ਜਿਹਨਾਂ ਜਾਤਾਂ ਨੂੰ ਪਾਤਸ਼ਾਹ ਜੀ ਨੇ ਮਿਟਾ ਕਰਕੇ ਇੱਕ ਕੀਤਾ ਸੀ ਨਾ, ਅਤੇ ਉਹਨਾਂ ਸਾਰਿਆਂ ਨੂੰ ਆਪਣਾ ਨਾਰਾ ਨਹੀਂ ਦਿੱਤਾ। ਇਹ ਨਹੀਂ ਆਖਿਆ ਗੁਰੂ ਨਾਨਕ ਦੀ ਜੈ ਕਰੋ, ਗੁਰੂ ਗੋਬਿੰਦ ਸਿੰਘ ਦੀ ਜੈ ਕਰੋ, ਉਹਨਾਂ ਆਖਿਆ ਬੋਲੇ ਸੋ ਨਿਹਾਲ ਸਤਿ ਸ੍ਰੀ, ਇਹ ਬੋਲੋ ਅਕਾਲ ਸਤ ਹੈ, ਉਹ ਅਕਾਲ ਜਿਹੜਾ ਸਾਰੀ ਦੁਨੀਆਂ ਦਾ ਮਾਲਕ ਹੈ, ਸਾਰੀ ਸ੍ਰਿਸ਼ਟੀ ਦਾ ਜਿਹੜਾ ਮਾਲਕ ਹੈ। ਮੇਰ ਆਰੰਭ ਦੇ ਵਿੱਚ ਜਿਹੜੀ ਬੇਨ, ਜਿਹੜਾ ਗੁਰਬਾਣੀ ਸਿਧਾਂਤ ਹੈ, ਇਹ ਉਹਦਾ ਨਿਚੋੜ ਹੈ ਸਤਿ ਸ੍ਰੀ ਅਕਾਲ। ਅਕਾਲ ਦੀ ਸੱਤ, ਸੱਤ ਜਿਹੜਾ ਹੈ, ਸਦਾ ਰਹਿਣ ਵਾਲਾ ਜਿਹੜਾ ਹੈ, ਉਹ ਅਕਾਲ ਹੈ, ਉਹ ਪਰਮੇਸ਼ਰ ਹੈ, ਹੋਰ ਕੋਈ ਨਹੀਂ ਹੈ। ਏਕ ਸ਼ਿਵ ਗਏ ਏਕ ਭਏ, ਏਕ ਫਿਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਔ ਵਿਸ਼ਨ ਕੇ ਤੇ, ਸ਼ੇਸ਼ ਔ ਮਹੇਸ਼ ਕੇ ਤੇ, ਸਿਮ੍ਰਤੀ ਸਮੂਹਨ ਕੇ ਹੋਏ ਹੋਏ ਬਿਤਏ ਹੈ, ਮੋਨ ਦੀ ਮਦਾਰ ਕੇ ਤੇ, ਅੰਸ਼ਾ ਅਵਤਾਰ ਕੇ ਤੇ, ਕਾਲ ਬਸ ਭਏ ਹੈ, ਪੀਰ ਔ ਪੈਗੰਬਰ ਕੇ ਤੇ, ਗੰਨੇ ਨਾ ਪਰਤ ਇੱਥੇ ਭੂਮ ਹੀ ਕੇ ਹੋਏ ਕੇ, ਫਿਰ ਭੂਮ ਹੀ ਮੈਂ ਮਿਲੇ ਹੈ, ਜੋਗੀ ਜਤੀ ਬ੍ਰਹਮਚਾਰੀ, ਬੜੇ ਬੜੇ ਛਤਰਧਾਰੀ, ਛਤਰ ਹੀ ਕਿਸ਼ਾਇਆ ਕਈ ਕੋਸਲੋ ਚਲਤ ਹੈ, ਬੜੇ ਬੜੇ ਰਾਜਨ ਕੇ ਦਾਬਤ ਫਿਰਤ ਦੇਸ਼, ਬੜੇ ਬੜੇ ਰਾਜਨ ਕੇ ਦਪ ਕੋ ਦਲਤ ਹੈ, ਤਾਰਾ ਸੇ ਦੁਰਯੋਧਨ ਦਲੀਸ਼ ਜੈਸੇ ਮਾਨ ਧਾਰੀ, ਭੋਗ 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 ਅੰਤ ਭੂਮ ਮੈਂ ਮਿਲਤ ਹੈ। ਇਹ ਸਭ ਭੂਮੀ ਦੇ ਵਿੱਚ ਮਿਲਣ ਵਾਲੇ ਨੇ। ਇਹ ਰਾਜੇ ਮਹਾਰਾਜੇ ਵੱਡੀਆਂ ਵੱਡੀਆਂ ਤਾਕਤਾਂ ਜਿੰਨੀਆਂ ਮਰਜ਼ੀ ਹੋਣ, ਉਹਦੇ ਪੈਦਾ ਕੀਤੇ ਹੋਏ, ਜੇ ਰਹਿਣ ਵਾਲਾ ਕੋਈ ਰਾਜ ਹੈ ਜੋ ਸਦਾ ਰਹਿਣ ਵਾਲਾ ਹੈ, ਤੇ ਉਹ ਪਰਮਾਤਮਾ ਦਾ ਹੈ, ਅਕਾਲ ਦਾ ਹੈ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਉਹ ਹਰ ਸਮਾਨ ਨਹੀਂ ਰਾਜਾ, ਉਹਦੇ ਵਰਗਾ ਕੋਈ ਰਾਜਾ ਨਹੀਂ ਹੈ। ਇਹ ਨਾਰਾ ਜਿਹੜਾ ਹੈ ਇਹ ਦਿੱਤਾ ਹੈ। ਹੁਣ ਸਾਡੇ ਵਾਲੇ ਕੋਈ
ਇਸ ਨਾਰੇ ਨੂੰ ਬਦਲ ਕਰਕੇ ਬੋਲੇ ਸੋ ਨਿਰਭੈ ਕਹੀ ਜਾਂਦਾ ਹੈ, ਕੋਈ ਕੁਛ ਕਹੀ ਜਾਂਦਾ ਹੈ, ਬਈ ਮੁਬਾਰਕ ਹੈ ਕੋਈ ਗੱਲ ਨਹੀਂ, ਪਰ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਰਬ ਸਾਂਝਾ ਪਰਮੇਸ਼ਰ ਦਾ ਨਾਰਾ ਦਿੱਤਾ ਹੈ, ਜਿੰਨਾ ਜਿਸ ਪਰਮੇਸ਼ਰ ਦੇ ਨਾਲ ਕਬੀਰ ਸਾਹਿਬ ਜੀ ਨੇ, ਰਵਿਦਾਸ ਸਾਹਿਬ ਜੀ ਨੇ, ਭਗਤਾਂ ਨੇ ਜਿਸ ਪਰਮੇਸ਼ਰ ਦੇ ਨਾਲ ਜੋੜਿਆ ਉਹਦਾ ਨਾਰਾ ਦਿੱਤਾ ਹੈ, ਉਹਨਾਂ ਨੇ ਆਪਣਾ ਨਹੀਂ ਦਿੱਤਾ। ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਇਹ ਅੱਜ ਵਖਰੇਵੇਂ ਪਾਏ ਜਾ ਰਹੇ ਨੇ, ਪਾੜ ਪਾਏ ਜਾ ਰਹੇ ਨੇ ਜਾਤਾਂ ਪਾਤਾਂ ਨੂੰ ਖੜਿਆਂ ਕਰਕੇ, ਵੱਖਰੇ ਵੱਖਰੇ ਨਾਅਰੇ ਦੇ ਕੇ ਉਹਨਾਂ ਨੂੰ ਜਾਣ ਬੁੱਝ ਕਰਕੇ ਵੱਖਰਿਆਂ ਕੀਤਾ ਜਾ ਸਕਦਾ ਹੈ। ਇਹ ਜਿਹੜਾ ਪੰਥ ਗੁਰੂ ਨਾਨਕ ਸਾਹਿਬ ਜੀ ਨੇ ਬਣਾਇਆ ਸੀ ਨਾ, ਇਹ ਜਾਤ ਪਾਤ ਤੋਂ ਰਹਿਤ ਕਲਗੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਣਾਇਆ ਸੀ, ਜਾਤਾਂ ਪਾਤਾਂ ਨੂੰ ਮਿਟਾ ਦਿੱਤਾ, ਜਿਹਦੇ ਵਿੱਚੋਂ ਖਤਮ ਕਰ ਦਿੱਤਾ, ਉਸ ਪੰਥ ਨੂੰ ਮਿਟਾਉਣ ਵਾਸਤੇ, ਉਸ ਪੰਥ ਨੂੰ ਖਤਮ ਕਰਨ ਵਾਸਤੇ ਇਹ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ, ਇਸ ਨੂੰ ਸਮਝਣ ਦੀ ਲੋੜ ਹੈ। ਤੋ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਇਸ ਧਰਤੀ ਦੇ ਉੱਪਰ ਗਏ ਸਰਬੰਸ ਵਾਰ ਕਰਕੇ, ਉਸ ਵੇਲੇ ਫਿਰ ਗੁਰੂ ਪਿਆਰਿਓ ਉੱਥੇ ਗਏ, ਕਿਉਂਕਿ ਉਹ ਜਾਣਦੇ ਸਨ ਜ਼ੁਲਮ ਜ਼ਬਰ ਦਾ ਜਿਹੜਾ ਇਹ ਰਾਜ ਹੈ, ਇਸ ਦਾ ਨਾਸ਼ ਕਰਨਾ ਜਿਹੜਾ ਹੈ ਮਨੁੱਖਤਾ ਦੇ ਵਾਸਤੇ ਲਾਜ਼ਮੀ ਹੈ, ਇਸ ਧਰਤੀ ਦੇ ਉੱਪਰੋਂ ਇਸ ਦਾ ਖਾਤਮਾ ਕਰਨਾ। ਅਤੇ ਪਾਤਸ਼ਾਹ ਜੀ ਨੇ ਫਿਰ ਉੱਥੇ ਮਾਧੋ ਦਾਸ ਜੀ ਜਿਸ ਵੇਲੇ ਗਏ ਨਾ, ਉਸ ਵੇਲੇ ਉਹ ਬਾਹਰ ਸਨ ਡੇਰੇ ਤੋਂ। ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਨੇ ਇਤਿਹਾਸ ਲਿਖਦਿਆਂ ਹੋਇਆਂ, ਢਾਡੀਆਂ ਦੇ ਜਿਹੜੇ ਸ਼੍ਰੋਮਣੀ ਢਾਡੀ ਰਹੇ ਨੇ ਉਹਨਾਂ ਨੇ ਬੜਾ ਇਤਿਹਾਸ ਲਿਖਿਆ ਹੈ। ਉਹਨਾਂ ਲਿਖਿਆ ਕਿ ਜਦੋਂ ਮਹਾਰਾਜ ਗਏ ਤਾਂ ਉੱਥੇ ਉਹ ਉਸ ਪਲੰਘ ਦੇ ਉੱਪਰ ਜਾ ਕੇ ਬੈਠ ਗਏ ਜਿਹਦੇ ਉੱਪਰ ਉਹ ਬੈਠਦਾ ਸੀ, ਜਿਹਦੇ ਉੱਪਰ ਬਿਠਾ ਕਰਕੇ ਸਾਧੂਆਂ ਸੰਤਾਂ ਦੇ ਨਾਲ ਮਸ਼ਕਰੀ ਕਰਦਾ ਸੀ, ਉਲਟਾ ਦਿੱਤਾ, ਉਲਟਾਉਂਦਾ ਸੀ। ਖੈਰ ਉੱਥੇ ਕੁਛ ਬੱਕਰੇ ਵੀ ਸਨ, ਉਹਨਾਂ ਨੇ ਲਿਖਿਆ ਹੈ ਇਤਿਹਾਸ ਦੇ ਵਿੱਚ, ਮਹਾਰਾਜ ਨੇ ਆਗਿਆ ਕੀਤੀ ਉਹਨਾਂ ਨੂੰ ਝਟਕਾਉਣ ਵਾਸਤੇ। ਤੋ ਉਹ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨਾਮ ਨਹੀਂ ਸੀ, ਮਾਧੋ ਦਾਸ ਸੀ ਉਸ ਵੇਲੇ ਨਾਮ, ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾਮ ਬਖਸ਼ਿਸ਼ ਕੀਤਾ ਅੰਮ੍ਰਿਤ ਛਕਾ ਕੇ। ਤੋ ਮਹਾਰਾਜ ਜੀ ਜਦੋਂ ਉਹਨਾਂ ਨੂੰ ਇਹ ਖਬਰ ਪਹੁੰਚਾਈ, ਬੜੇ ਗੁੱਸੇ ਦੇ ਨਾਲ ਆ ਕੇ ਦੇਖਿਆ ਆਪਣੇ ਪਲੰਘ 'ਤੇ ਬੈਠਿਆਂ ਦੈਵੀ ਨੂਰ ਵਾਲੇ ਸੋਹਣੇ ਸ਼ਸਤਰਧਾਰੀ ਕਲਗੀਧਰ ਪਾਤਸ਼ਾਹ, ਕਮਰ ਕੱਸਾ ਹੈ, ਕਿਰਪਾਨ ਧਾਰਨ ਕੀਤੀ ਹੈ, ਸੋਹਣੇ ਸਵਰੂਪ ਨੂੰ ਦੇਖ ਕਰਕੇ ਅਤੇ ਅਚੰਭਿਤ ਹੋ ਗਏ, ਇਹ ਕੌਣ ਹੈ ਇਹ ਦੈਵੀ ਨੂਰ ਵਾਲੇ। ਯਤਨ ਕੀਤਾ ਉਲਟਾਉਣ ਦਾ ਪਰ ਉਲਟਾ ਨਹੀਂ ਸਕੇ ਆਪਣੀਆਂ ਕਰਾਮਾਤਾਂ ਦੇ ਨਾਲ, ਤਾਕਤਾਂ ਦੇ ਨਾਲ। ਡੁੱਲੇ ਹੋਏ ਖੂਨ ਨੂੰ ਦੇਖ ਕਰਕੇ ਉਹਨਾਂ ਦਾ ਖੂਨ ਖੌਲ ਗਿਆ ਅਤੇ ਕਹਿਣ ਲੱਗੇ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਵੱਡੀ ਤਾਕਤ ਹੋ, ਪਰ ਮੇਰੇ ਇਸ ਆਸ਼ਰਮ ਦੇ ਵਿੱਚ ਡੁੱਲੇ ਹੋਏ ਖੂਨ ਦੇ ਨਾਲ ਮੇਰਾ ਆਸ਼ਰਮ ਜਿਹੜਾ ਹੈ ਉਹ ਭੰਗ ਹੋ ਗਿਆ ਹੈ। ਸਤਿਗੁਰੂ ਨੇ ਬੜੇ ਸੁਭਾਵਿਕ ਸ਼ਬਦ ਕਹੇ, ਕਹਿਣ ਲੱਗੇ ਪਰਮੇਸ਼ਰ ਦੇ ਬੰਦੇ, ਇੱਥੇ ਤੇਰੇ ਆਸ਼ਰਮ ਦੇ ਵਿੱਚ ਇੱਕ ਜੀਵ ਦੇ ਖੂਨ ਡੁੱਲਣ ਦੇ ਨਾਲ ਤੇਰਾ ਆਸ਼ਰਮ ਭੰਗ ਹੋ ਗਿਆ ਹੈ, ਤੇਰੀ ਵੈਸ਼ਨਵੀ ਭਗਤੀ ਭੰਗ ਹੋ ਗਈ ਹੈ। ਤੂੰ ਮੰਨਦਾ ਹੈ ਕਿ ਖੂਨ ਡੁੱਲਣ ਦੇ ਨਾਲ ਆਸ਼ਰਮ ਭੰਗ ਹੋ ਜਾਂਦਾ ਹੈ, ਤਪੱਸਿਆ ਭੰਗ ਹੋ ਜਾਂਦੀ ਹੈ, ਅਤੇ ਜਰਾ ਕਿ ਇਹ ਬਾਹਰ ਵੀ ਲਾਗੂ ਹੁੰਦਾ ਹੈ ਤੇਰਾ ਜਿਹੜਾ ਇਹ ਕਾਨੂੰਨ ਹੈ, ਜਿਹੜੀ ਤੂੰ ਗੱਲ ਮਨੌਤ ਮੰਨਦਾ ਹੈ ਇਹ ਬਾਕੀ ਵੀ ਦੇਸ਼ ਦੇ ਵਿੱਚ ਲਾਗੂ ਹੁੰਦੀ ਹੈ। ਉਹ ਕਹਿਣ ਲੱਗੇ ਇਹਦਾ ਕੀ ਭਾਵ ਜੀ? ਸਤਿਗੁਰੂ ਕਹਿਣ ਲੱਗੇ ਜਰਾ ਇਸ ਆਸ਼ਰਮ ਤੋਂ ਬਾਹਰ ਦੇਖ, ਕਿੰਨਿਆਂ ਮਜ਼ਲੂਮਾਂ ਦਾ, ਕਿੰਨਿਆਂ ਗਰੀਬਾਂ ਦਾ, ਕਿੰਨਿਆਂ ਬੱਚਿਆਂ ਦਾ ਖੂਨ ਜਿਹੜਾ ਹੈ ਉਹ ਡੁੱਲ ਚੁੱਕਾ ਹੈ। ਹਿੰਦੁਸਤਾਨ ਦੀ ਧਰਤੀ ਦਾ ਚੱਪਾ ਚੱਪਾ ਜਿਹੜਾ ਹੈ ਉਹ ਮਜ਼ਲੂਮਾਂ ਦੇ ਖੂਨ ਦੇ ਨਾਲ ਭਰਿਆ ਪਿਆ ਹੈ। ਉਹਨਾਂ ਦੇ ਖੂਨ ਵੱਲ ਵੇਖ ਕੇ, ਇਸ ਧਰਤੀ ਨੂੰ ਖੂਨੀ ਦੇਖ ਕਰਕੇ, ਅਪਵਿੱਤਰ ਦੇਖ ਕਰਕੇ ਤੇਰਾ ਖੂਨ ਨਹੀਂ ਖੋਲਿਆ। ਮਾਧੋ ਦਾਸ ਦਾ ਅੰਦਰ ਜਿਹੜਾ ਸੀ ਉਹ ਜਾਗ ਪਿਆ। ਸਤਿਗੁਰਾਂ ਨੇ ਉਹਨਾਂ ਨੇ ਲਿਖੇ ਜਿਹੜੇ ਬਚਨ ਕਿ ਅੰਦਰ ਜਿਹੜਾ ਵੀਰ ਰਸ ਹੈ ਨਾ ਉਹ ਛੁਪਿਆ ਹੋਇਆ, ਬੇਸ਼ੱਕ ਤੂੰ
ਤੀਰ ਭੰਨ ਕੇ ਸੁੱਟ ਦਿੱਤੇ, ਤਲਵਾਰ ਸੁੱਟ ਦਿੱਤੀ, ਪਰ ਤੇਰੇ ਅੰਦਰ ਦਾ ਵੀਰ ਜਿਹੜਾ ਹੈ ਉਹ ਅਜੇ ਵੀ ਕਿਤੇ ਨਾ ਕਿਤੇ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਹੇ, ਭਾਈ ਸੋਹਣ ਸਿੰਘ ਸੀਤਲ, ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਨੇ ਕਿਹਾ। ਇਹ ਗੱਲ ਪਹਿਲੀ ਭੇਟ ਵਾਰਤਾ ਦੇ ਵਿੱਚ ਜਦੋਂ ਹੋਈ ਤਾਂ ਉਹ ਇਸ ਭੇਦ ਨੂੰ ਬਾਬਾ ਜੀ ਮਾਧੋ ਦਾਸ ਜੀ ਕਹਿਣ ਲੱਗੇ, ਇਹ ਗੱਲ ਨੂੰ ਤਾਂ ਕੋਈ ਵੀ ਨਹੀਂ ਜਾਣਦਾ ਵੀ ਮੈਂ ਕੀ ਸੀ, ਅਤੇ ਇਹ ਕਿਵੇਂ ਜਾਣਦੇ ਨੇ। ਉਹਨਾਂ ਨੇ ਆਖਿਆ, ਮੈਂ ਤੁਹਾਡਾ ਬੰਦਾ ਹਾਂ, ਮੇਰੇ 'ਤੇ ਕਿਰਪਾ ਕਰੋ, ਦੱਸੋ ਮੈਨੂੰ। ਸਤਿਗੁਰਾਂ ਨੇ ਕਹਿਣ ਲੱਗਿਆ, ਇਹ ਇਸ ਵੇਲੇ ਬੈਠਣ ਦਾ ਸਮਾਂ ਨਹੀਂ ਹੈ। ਇਹ ਜਿਹੜਾ ਜ਼ੁਲਮ ਮੁਗਲੀਆ ਹਕੂਮਤ ਕਰ ਰਹੀ, ਇਸ ਜ਼ਬਰ ਜ਼ੁਲਮ ਦਾ ਨਾਸ਼ ਕਰਨਾ ਜਿਹੜਾ ਹੈ ਧਰਮੀ ਮਨੁੱਖ ਦਾ ਫਰਜ਼ ਹੈ, ਨਾ ਕਿ ਕਿਸੇ ਆਸ਼ਰਮ ਦੇ ਵਿੱਚ ਲੁਕ ਛਿਪ ਕੇ ਭਗਤੀ ਕਰਨਾ, ਇਹ ਧਰਮ ਹੈ। ਅੱਜ ਦਾ ਸਮਾਂ ਜਿਹੜਾ ਹੈ ਉਹ ਮੰਗ ਕਰਦਾ ਹੈ। ਕਹਿਣ ਲੱਗੇ, ਮੈਂ ਤੁਹਾਡਾ ਬੰਦਾ ਹਾਂ, ਮੈਂ ਤੁਹਾਡਾ ਸੇਵਕ ਹਾਂ, ਹਾਜ਼ਰ ਹੈ ਮੇਰਾ ਸਰੀਰ। ਕਲਗੀ ਧਰ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ, ਖੰਡੇ ਬਾਟੇ ਦੀ ਪੌਲ, ਪੰਥ ਖਾਲਸਾ ਜਿਹੜਾ ਸੀ ਉਹ ਸਿਰ ਦੇ ਉੱਪਰ ਕਾਇਮ ਕੀਤਾ। ਪੰਜ ਗੁਰੂ ਕੇ ਸਾਜੇ ਨਵਾਜੇ ਉਹਨਾਂ ਦੀ ਅਗਵਾਈ ਦੇ ਵਿੱਚ ਬਾਬਾ ਮਾਧੋ ਦਾਸ ਜੀ ਦਾ ਨਾਮ ਬੰਦਾ ਬਹਾਦਰ, ਇਤਿਹਾਸ ਨੇ ਗੁਰਬਖਸ਼ ਸਿੰਘ ਜੀ ਇਹ ਨਾਮ ਵੀ ਲਿਖਿਆ ਹੈ, ਪਰ ਜ਼ਿਆਦਾਤਰ ਬੰਦਾ ਬਹਾਦਰ ਨਾਮ ਜਿਹੜਾ ਹੈ ਉਹ ਪ੍ਰਚਲਿਤ ਲਿਆ। ਇਹ ਲਕਫ ਜਿਹੜਾ ਸੀ ਇਹ ਪ੍ਰਚਲਿਤ ਹੋ ਗਿਆ ਸੀ ਉਸ ਵੇਲੇ, ਔਰ ਹੁਣ ਵੀ ਪ੍ਰਚਲਿਤ ਹੈ ਇਹ ਨਾਮ। ਸਤਿਗੁਰਾਂ ਨੇ ਕਿਹਾ, ਜਾਓ ਜਾ ਕੇ ਜ਼ੁਲਮ ਦਾ ਨਾਸ਼ ਕਰੋ, ਜ਼ਬਰ ਦਾ ਨਾਸ਼ ਕਰੋ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਜਿਹੜੀਆਂ ਸਨ, ਵਜ਼ੀਰ ਖਾਨ ਦਾ ਜਿਹੜਾ ਉਹ ਕਰੂਰਤਾ ਜਿਹੜੀ ਸੀ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕਰਕੇ ਸ਼ਹੀਦ ਕਰਨ ਦੀ, ਪੂਰੀ ਤਰ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਖੂਨ ਜਿਹੜਾ ਸੀ ਉਹ ਗਰਮ ਕਰ ਦਿੱਤਾ ਸੀ। ਕਲਗੀ ਧਰ ਦੀ ਆਗਿਆ ਲੈ ਕੇ, ਥਾਪੜਾ ਲੈ ਕਰਕੇ ਬਾਬਾ ਜੀ ਨੇ ਪੰਜਾਬ ਆ ਕਰਕੇ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ, ਔਰ ਖਾਲਸਾ ਰਾਜ ਦੇ ਜਿਹੜੇ ਪਹਿਲੇ ਬਾਦਸ਼ਾਹੀ ਹੋਣ ਦਾ ਜਿਹੜਾ ਸੀ, ਫਿਰ ਪਾਤਸ਼ਾਹ ਜੀ ਦੇ ਹਜ਼ੂਰ ਰਹਿ ਕਰਕੇ, ਭਾਵਨਾ ਦੇ ਵਿੱਚ ਰਹਿ ਕਰਕੇ ਅਖੀਰੀ ਦਮ ਤੱਕ ਗੁਰੂ ਪਿਆਰਿਓ ਉਹਨਾਂ ਨੇ ਗੁਰੂ ਦਾ ਹੁਕਮ ਵਜਾਇਆ। ਜ਼ੁਲਮ ਦਾ ਪੂਰੀ ਤਰ੍ਹਾਂ ਦੇ ਨਾਲ 6 ਸਾਲ ਸਨ ਬਾਬਾ ਜੀ ਦੇ ਕੋਲ ਜਦੋਂ ਇੱਥੇ ਆਏ। ਅੱਜ ਦਾ ਦਿਨ ਜਿਹੜਾ ਹੈ ਸ਼ਹੀਦੀ ਦਾ ਦਿਨ, ਇਸ ਦਿਨ ਤੱਕ 6 ਸਾਲਾਂ ਦੇ ਵਿੱਚ ਜਿਹੜਾ ਜ਼ੁਲਮ ਦਾ ਰਾਜ ਸੀ, ਉਸ ਜ਼ੁਲਮ ਦੇ ਰਾਜ ਨੂੰ ਜਿਹੜਾ ਵਜ਼ੀਰ ਖਾਨ ਦੀ ਸਰਹੰਦ ਸੀ ਗੁਰੂ ਮਾਰੀ, ਉਸ ਸਰਹੰਦ ਨੂੰ ਫਤਿਹ ਕਰਕੇ ਫਤਿਹਗੜ੍ਹ ਦੇ ਨਿਸ਼ਾਨ ਸਾਹਿਬ ਜਿਹੜੇ ਸਨ ਉਹ ਬਾਬਾ ਜੀ ਨੇ ਚਲਾ ਦਿੱਤੇ, ਔਰ ਜ਼ਰਾਏਦਾਰੀ ਜਿਹੜੀ ਸੀ, ਜ਼ਮੀਨਦਾਰੀ ਉਹ ਖਤਮ ਕਰ ਦਿੱਤੀ। ਜ਼ਿਮੀਂਦਾਰਾਂ ਨੂੰ, ਕਿਸਾਨਾਂ ਨੂੰ, ਉਹਨਾਂ ਦੀਆਂ ਜ਼ਮੀਨਾਂ ਦੇ ਮਾਲਕ ਜਿਨ੍ਹਾਂ ਦੇ ਵਿੱਚ ਉਹ ਵਾਹੀ ਕਰਦੇ ਸਨ ਉਹਨਾਂ ਦੇ ਮਾਲਕ ਬਣਾ ਦਿੱਤਾ। ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਜ਼ਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ, ਇਹ ਜਿਹੜਾ ਸੀ ਖਾਲਸਾ ਰਾਜ ਦਾ ਸਿੱਕਾ ਜਾਰੀ ਕੀਤਾ ਖਾਲਸਾ ਰਾਜ ਕਾਇਮ ਕਰਕੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ, ਬਖਸ਼ਿਸ਼ ਦੇ ਨਾਲ, ਪੰਥ ਨੂੰ ਨਾਲ ਲੈ ਕਰਕੇ ਅਨੇਕ ਸਿੰਘ ਉਹਨਾਂ ਦੇ ਨਾਲ ਤਿਆਰ ਬਰ ਤਿਆਰ ਹੋ ਗਏ ਸਨ। ਜਿੱਧਰ ਵੀ ਮੁਹਿੰਮ ਜਾਂਦੀ ਸੀ ਫਤਿਹ ਕਰਦੀ ਜਾਂਦੀ ਸੀ, ਚੱਪੜਚਿੜੀ ਦੇ ਮੈਦਾਨ ਵਿੱਚ, ਕੈਥਲ, ਸਮਾਣਾ, ਅਨੇਕਾਂ ਥਾਵਾਂ, ਪਹਾੜੀ ਰਾਜਿਆਂ ਤੱਕ ਜਾ ਕਰਕੇ ਉਹਨਾਂ ਰਾਜਿਆਂ ਨੂੰ ਉਹਨਾਂ ਦੇ ਕੀਤੇ ਹੋਏ ਦੀ ਸਜ਼ਾ ਦਿੱਤੀ ਸੀ। ਵਜ਼ੀਰ ਖਾਨ ਨੂੰ ਉਹਦੀ ਦਰਿੰਦਗੀ ਦਾ ਜਿਹੜਾ ਸੀ ਉਹ ਸਜ਼ਾ ਦਿੱਤੀ ਸੀ। ਜਿਤਨੇ ਵੀ ਸਜ਼ਾਵਾਰ ਸਨ ਸਭ ਨੂੰ ਸਜ਼ਾਵਾਂ ਦਿੱਤੀਆਂ ਬਾਬਾ ਬੰਦਾ ਸਿੰਘ ਬਹਾਦਰ ਅਖੀਰੀ ਦੇ ਉੱਪਰ, ਕਿਉਂਕਿ ਤਾਕਤ, ਮੁਤਸਬੀ ਤਾਕਤ ਵੀ ਬੜੀ ਵੱਡੀ ਸੀ। ਔਰ ਫਿਰ ਬਾਬਾ ਜੀ ਨੂੰ ਜੋ ਗੁਰਦਾਸ ਨੰਗਲ ਗੜੀ ਹੈ ਉਹਦੇ ਵਿੱਚੋਂ ਗ੍ਰਿਫਤਾਰ ਕਰਕੇ 8 ਮਹੀਨੇ ਉੱਥੇ ਘੇਰਾ ਰਿਹਾ ਅਬਦੁਲ ਸਮੰਦ ਖਾਂ ਜ਼ਕਰੀਆ ਖਾਨ। 8 ਮਹੀਨੇ ਦੇ ਘੇਰੇ ਦੇ ਵਿੱਚ ਭੁੱਖਣ ਪਾਣੇ, ਜੇ ਭੁੱਖ ਨਾ ਮਾਰਦੀ ਤਾਂ ਕਦੇ ਗ੍ਰਿਫਤਾਰੀ ਨਾ ਹੁੰਦੀ। ਗੁਰੂ ਪਿਆਰਿਓ ਭੁੱਖ ਦੁੱਖ ਦੇ ਨਾਲ ਉਹਨਾਂ ਦੇ ਨਾਲ ਬਾਬਾ ਵਿਨੋਦ ਸਿੰਘ, ਬਾਬਾ ਕਾਨ ਸਿੰਘ, ਬਾਬਾ ਆਵਾਜ਼ ਸਿੰਘ, ਬਾਬਾ ਫਤਿਹ ਸਿੰਘ, ਅਨੇਕਾਂ ਮਹਾਨ ਯੋਧੇ ਸ਼ਹੀਦ ਸਨ ਜਿਨ੍ਹਾਂ ਦੀਆਂ ਸ਼ਹਾਦਤਾਂ ਅੱਜ ਦੇ ਦਿਨ ਦੇ ਉੱਪਰ ਕੋਤਵਾਲੀ ਦੇ ਵਿੱਚ ਬਾਬਾ ਜੀ ਨੂੰ ਉਹਨਾਂ ਦੇ ਨਾਲ ਗ੍ਰਿਫਤਾਰ ਕਰਕੇ ਪਾਇਆ ਗਿਆ। ਤਾਂ ਮੈਂ ਜਲੂਸ ਦੀ ਗੱਲ ਕਰ ਰਿਹਾ ਸੀ ਕਿ ਜਦੋਂ ਉੱਥੋਂ ਗ੍ਰਿਫਤਾਰ ਕੀਤਾ ਗਿਆ ਤਾਂ 740 ਸਿੰਘ
2000 ਹੋਰ ਨਾਲ ਇੱਕ ਐਸਾ ਜਲੂਸ ਜਿਹੜਾ ਸੀ ਉਹਨਾਂ ਨੇ ਤਿਆਰ ਕੀਤਾ ਜਿਹੜਾ ਲੋਕਾਂ ਨੂੰ ਭੈ ਭੀਤ ਕਰ ਸਕੇ, ਇਹ ਦਿਖਾਉਣ ਵਾਸਤੇ ਕਿ ਕੋਈ ਵੀ ਵੱਡੇ ਤੋਂ ਵੱਡਾ ਤਾਕਤਵਰ ਆਪਣੇ ਆਪ ਨੂੰ ਖਵਾਉਂਦਾ ਹੋਵੇ ਉਹ ਹਕੂਮਤ ਦੇ ਖਿਲਾਫ ਨਾ ਹੋ ਸਕੇ, ਉਹ ਇਸ ਨੂੰ ਦੇਖ ਕੇ ਡਰ ਜਾਵੇ ਕਿ ਹਲੂ ਹਕੂਮਤ ਦੀ ਖਿਲਾਫਤ ਕਰਨ ਵਾਲੇ ਦਾ ਕੀ ਹਸ਼ਰ ਹੁੰਦਾ ਹੈ। 2000 ਸਿਰ ਜਿਹੜੇ ਸਨ ਉਹ ਗ੍ਰਿਫਤਾਰ ਕਰਕੇ 740 ਦੇ ਨਾਲ ਉੱਥੋਂ ਗ੍ਰਿਫਤਾਰ ਕਰਕੇ ਗੜੀ ਦੇ ਵਿੱਚੋਂ ਬਾਬਾ ਜੀ ਦੇ ਸਮੇਤ ਬਾਬਾ ਜੀ ਨੂੰ ਹਾਥੀ ਦੇ ਉੱਪਰ ਅਤੇ ਬਾਕੀਆਂ ਨੂੰ ਜਿਹੜੇ ਸਨ ਉਹ ਊਠਾਂ ਅਤੇ ਘੋੜਿਆਂ ਦੇ ਉੱਪਰ ਆ ਕਰਕੇ ਉਹਨਾਂ ਦੀਆਂ ਸ਼ਕਲਾਂ ਵਿਗਾੜ ਕਰਕੇ ਅਤੇ ਬੜਾ ਹੀ ਇੱਕ ਰੂਪ ਜਿਹਾ ਸਵਰੂਪ ਦੇ ਕਰਕੇ, ਭਿਆਨਕ ਸਵਰੂਪ ਦੇ ਕਰਕੇ 2000 ਸਿਰ ਜਿਹੜੇ ਸਨ ਉਹ ਕਲਮ ਕਰਕੇ ਸਿੰਘਾਂ ਦੇ ਅਤੇ ਉਹਨਾਂ ਨੂੰ ਨੇਜਿਆਂ ਦੇ ਉੱਪਰ ਟੰਗ ਕਰਕੇ ਅੱਗੇ ਅੱਗੇ ਘੋੜਿਆਂ ਦੇ ਉੱਪਰ ਨੇਜਿਆਂ ਦੇ ਉੱਪਰ ਜਿਹੜੇ ਸਨ ਉਹ ਸਿੰਘਾਂ ਦੇ ਸੀਸ ਦੇ ਕੇਸ ਜਿਹੜੇ ਸਨ ਖਿਲਰੇ ਹੋਏ ਸਨ, ਉਹਨਾਂ ਦੇ ਸੀਸ ਜਿਹੜੇ ਸਨ ਉਹ ਟੰਗੇ ਹੋਏ ਸਨ ਨੇਜਿਆਂ ਦੇ ਉੱਪਰ, 2000 ਗੱਡੇ ਜਿਹੜੇ ਸਨ ਉਹਨਾਂ ਦੇ ਸਿਰਾਂ ਦੇ ਨਾਲ ਭਰੇ ਹੋਏ ਸਨ। ਇਹ ਭਿਆਨਕ ਦ੍ਰਿਸ਼ ਜਿਹੜਾ ਸੀ ਪਹਿਲਾਂ ਲਾਹੌਰ ਅਤੇ ਫਿਰ ਲਾਹੌਰ ਤੋਂ ਦਿੱਲੀ ਫਰਕਸ਼ੀਅਰ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਜ਼ਕਰੀਆ ਖਾਨ ਲੈ ਕਰਕੇ ਆਇਆ, ਕੋਤਵਾਲੀ ਦੇ ਵਿੱਚ ਜਾ ਕਰਕੇ ਮਾਰਚ ਮਹੀਨੇ ਦੇ ਵਿੱਚ 100-100 ਕਰਕੇ ਉਹ ਜਿਹੜੇ ਸਿੰਘ 740 ਸਨ ਗ੍ਰਿਫਤਾਰ ਕੀਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਸ ਤਰ੍ਹਾਂ ਲਾਈਨਾਂ ਬਣਾ ਕਰਕੇ। ਅਤੇ ਗੁਰੂ ਪਿਆਰਿਓ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਸਿੰਘ ਨੇ ਵੀ ਇਹ ਨਹੀਂ ਕਿਹਾ ਕਿ ਮੈਂ ਸਿੱਖ ਨਹੀਂ ਹਾਂ, ਇਤਿਹਾਸ ਸਾਡੇ ਸਾਹਮਣੇ ਹੈ, ਹੱਸ ਹੱਸ ਕੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਅਸਥਾਨ ਦੇ ਉੱਪਰ ਅੱਜ ਦੇ ਦਿਨ ਬਾਬਾ ਜੀ ਨੂੰ ਲਿਆ ਕਰਕੇ ਇਕਾਕੀ ਬਖਤਿਆਰ ਦੀ ਜਿਹੜੀ ਦਰਗਾਹ ਹੈ ਉਹਦਾ ਦਰਵਾਜ਼ਾ ਹੈ, ਇੱਥੇ ਲਿਆ ਕਰਕੇ ਪਹਿਲਾਂ ਬਹਾਦਰ ਸ਼ਾਹ ਦੀ ਜਿਹੜੀ ਕਬਰ ਸੀ ਉਹਦੇ ਦੁਆਲੇ ਘੁਮਾਇਆ ਗਿਆ, ਫਿਰ ਇਸ ਅਸਥਾਨ 'ਤੇ ਜਿੱਥੇ ਤੁਸੀਂ ਅੱਜ ਬਿਰਾਜੇ ਹੋ ਉਸ ਮਹਾਨ ਸ਼ਹੀਦ ਨੂੰ ਸ਼ਹੀਦ ਕੀਤਾ ਗਿਆ। ਪਹਿਲਾਂ ਉਹਨਾਂ ਦੇ ਪੁੱਤਰ ਦੇ ਟੁਕੜੇ ਕਰਕੇ ਬਾਬਾ ਅਜੇ ਸਿੰਘ ਜੀ 4 ਦੇ ਨਮਸਕਾਰ ਕਰੀਏ ਉਸ ਮਹਾਨ ਸ਼ਹੀਦਾਂ ਨੂੰ, ਫਿਰ ਉਹਨਾਂ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਦੇ ਵਿੱਚ ਪਾਇਆ ਗਿਆ। ਪਰ ਬਾਬਾ ਜੀ ਅਸ਼ਾਂਤ ਅਡੋਲ ਸਬਰ ਸੰਤੋਖ ਦੇ ਵਿੱਚ ਵਾਹਿਗੁਰੂ ਦਾ ਭਾਣਾ ਮੰਨ ਕਰਕੇ ਉਹਨਾਂ ਨੇ ਖਿੜੇ ਮੱਥੇ ਇਸ ਸ਼ਹਾਦਤ ਨੂੰ ਜਿਹੜਾ ਸੀ ਪ੍ਰਵਾਨ ਕੀਤਾ ਔਰ ਆਪਣੀ ਸ਼ਹਾਦਤ, ਪਹਿਲਾਂ ਉਹਨਾਂ ਦਾ ਸੱਜੀ ਅੱਖ ਕੱਢੀ ਗਈ, ਫਿਰ ਖੱਬੀ ਕੱਢੀ ਗਈ, ਫਿਰ ਉਹਨਾਂ ਦੇ ਜਿਹੜੇ ਸਨ ਹੱਥ ਪੈਰ ਜਿਹੜੇ ਸਨ ਉਹ ਕੱਟੇ ਗਏ, ਫਿਰ ਉਹਨਾਂ ਦਾ ਸੀਸ ਕੱਟ ਕਰਕੇ ਇੱਥੇ ਬੜੀ ਹੀ ਕਰੂਰਤਾ ਦੇ ਨਾਲ ਬਾਬਾ ਜੀ ਨੂੰ ਸ਼ਹੀਦ ਕੀਤਾ ਗਿਆ। ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੇ ਪੰਥ ਕੌਮ ਵਾਸਤੇ ਮਨੁੱਖਤਾ ਵਾਸਤੇ ਕਲਗੀਧਰ ਦੇ ਹੁਕਮਾਂ ਦੇ ਉੱਪਰ ਪਹਿਰਾ ਦਿੰਦਿਆਂ ਹੋਇਆਂ ਖਾਲਸਾ ਰਾਜ ਦੀ ਸਥਾਪਨਾ ਕਰਦਿਆਂ ਹੋਇਆਂ ਵੱਡੇ ਜ਼ਬਰ ਅਤੇ ਜ਼ੁਲਮ ਆਪਣੇ ਤਨ ਦੇ ਉੱਪਰ ਲੈ ਕਰਕੇ ਸ਼ਹਾਦਤ ਪ੍ਰਾਪਤ ਕੀਤੀ। ਅੱਜ ਉਹਨਾਂ ਦੀ ਸ਼ਹਾਦਤ ਦੇ ਉੱਪਰ ਅਸੀਂ ਉਹਨਾਂ ਨੂੰ ਕੋਟਾਨਕੋਟ ਨਮਸਕਾਰ ਕਰੀਏ। ਸਤਿਗੁਰੂ ਕਿਰਪਾ ਕਰਨ ਅਸੀਂ ਆਪਣੇ ਮਹਾਨ ਸ਼ਹੀਦਾਂ ਦੇ ਨਕਸ਼ੇ ਕਦਮ 'ਤੇ ਚੱਲ ਕਰਕੇ ਆਪਣਾ ਜੀਵਨ ਸਫਲਾ ਕਰੀਏ, ਆਪਣੇ ਬੱਚਿਆਂ ਨੂੰ ਉਹਨਾਂ ਦੀ ਸ਼ਹਾਦਤ ਉਹਨਾਂ ਦਾ ਦਰਸਾਇਆ ਹੋਇਆ ਮਾਰਗ ਕਿਸ ਤਰੀਕ ਕਿਸ ਢੰਗ ਦੇ ਨਾਲ ਅਡੋਲ ਰਹੇ ਅਡੋਲਤਾ ਦਾ ਸਬਕ ਪੜ੍ਹਾਈਏ, ਗੁਰਸਿੱਖੀ ਬਾਣੀ ਬਾਣੇ ਦੇ ਧਾਰਨੀ ਬਣਾਈਏ, ਕੋਸ਼ਿਸ਼ ਕਰੀਏ ਕਿ ਸਾਡੇ ਬੱਚੇ ਵੀ ਉਹਨਾਂ ਵਰਗੇ ਅਡੋਲ ਹੋ ਸਕਣ ਅਤੇ ਹਰ ਮੁਸੀਬਤ ਹਰ ਦੁੱਖ ਦਾ ਸਾਹਮਣਾ ਕਰ ਸਕਣ। ਸਤਿਗੁਰੂ ਕਿਰਪਾ ਕਰਨ, ਗੁਰੂ ਚਰਨਾਂ ਦੇ ਵਿੱਚ ਇਹੀ ਅਰਦਾਸ ਹੈ। ਸਾਰੀ ਸੰਗਤ ਵਾਸਤੇ ਸਹਿਬ ਕਿਰਪਾ ਕਰਨ, ਸ਼ਹੀਦ ਸਾਡੇ 'ਤੇ ਕਿਰਪਾ ਕਰਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿਹਰ ਹੋਵੇ, ਪੰਥ ਚੜ੍ਹਦੀਆਂ ਕਲਾਂ ਦੇ ਵਿੱਚ ਹੋਵੇ, ਕੌਮੀ ਏਕਤਾ ਪ੍ਰੇਮ ਪਿਆਰ ਸਾਰਿਆਂ ਨੂੰ ਸਤਿਗੁਰੂ ਬਖਸ਼ਿਸ਼ ਕਰਨ। ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਜੀ ਆਏ ਹਨ, ਹਾਜ਼ਰ ਹਨ, ਬੜੇ ਪ੍ਰੇਮ ਨਾਲ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਗੁਰਫਤਿਹ ਦੀ ਸਾਂਝ ਕਰੋ, ਗੱਜ ਵੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।